ਜੀ, ਵੈਲਕਮ ਟੂ ਆਵਰ ਚੈਨਲ ਸਨਾ ਐਂਡ ਸ਼ਾਨ ਰਿਐਕਸ਼ਨ। ਉਮੀਦ ਕਰਦੇ ਸਭ ਬੜੇ ਹੋਣਗੇ। ਦੁਆ ਮੇਰੀ ਦੁਆ ਹੈ, ਹੱਸਦੇ ਰਹੇ, ਮੁਸਕੁਰਾਤੇ ਰਹੇ, ਆਪਣੀ ਜ਼ਿੰਦਗੀ ਮੇਂ ਖੁਸ਼ਬਾਤ ਰਹੇ। ਅੱਜ ਇਸ ਵੀਡੀਓ ਮੇਂ ਮੈਂ ਰਿਐਕਟ ਕਰਨੇ ਵਾਲੀ ਹੂੰ ਜੀ, ਵੋ ਬੜੀ ਪਿਆਰੀ ਸੀ ਵੀਡੀਓ ਆਉਣ ਵਾਲੀ ਹੈ, ਕਿਉਂਕਿ ਅੱਜ ਇਸ ਵੀਡੀਓ ਮੇਂ ਮੈਂ ਰਿਐਕਟ ਕਰੂੰਗੀ ਉਸ ਪੇ ਆਈ ਹੈ ਪਿਆਰੀ ਸੀ ਰਿਕੁਐਸਟ ਤੋਂ, ਜਿਨਕੀ ਰਿਕੁਐਸਟ ਹੈ ਉਨਕਾ ਨਾਮ ਪੜ੍ਹ ਕੇ ਸੁਣਾਤੀ ਹੂੰ, ਉਨਕਾ ਮੈਸੇਜ ਪੜ੍ਹ ਕੇ ਸੁਣਾਤੀ ਹੂੰ। ਉਸ ਪਹਿਲੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਦੇ, ਵੀਡੀਓ ਪਸੰਦ ਹੈ ਤੋ ਲਾਈਕ ਵੀ ਕਰ ਦੇਣਾ, ਸ਼ੇਅਰ ਵੀ ਕਰ ਦੇਣਾ, ਕਮੈਂਟਸ ਕਰਕੇ ਲਾਜ਼ਮੀ ਬਤਾਨਾ ਆਪ ਲੋਕੋ ਹਮਾਰੀ ਵੀਡੀਓ ਕੈਸੀ ਲਗਤੀ ਹੈ ਔਰ ਵੀਡੀਓ ਪੇ ਕਿਆ ਹੁਆ ਰਿਐਕਟ ਕੈਸਾ ਆਤਾ ਹੈ ਜੀ। ਤੋ ਜਿਨ੍ਹਾਂ ਨੇ ਮੈਸੇਜ ਕਿਹਾ ਵੋ ਹੈ ਹਮਾਰੇ ਪਿਆਰੇ ਸੇ ਚਚਾ ਓਮ ਪ੍ਰਕਾਸ਼ ਜੀ। ਤੋ ਥੈਂਕ ਯੂ ਸੋ ਮਚ ਚਚਾ, ਆਪ ਇਤਨੀ ਪਿਆਰੀ ਪਿਆਰੀ ਜੋ ਹੈ ਨਾ ਵੀਡੀਓ ਕੋ ਰਿਕਮੈਂਡ ਕਰਤੇ। ਉਮੀਦ ਕਰਤੇ ਆਜ ਕੀ ਜੋ ਵੀਡੀਓ ਹੋਗੀ ਵੋ ਵੀ ਆਪਣੇ ਪਿਆਰੀ ਹੀ ਰਿਕਮੈਂਡ ਕੀ ਹੋਗੀ। ਤੋ ਚਲੇ ਮੈਸੇਜ ਕੀ ਤਰਫ ਚਲਤੇ ਹੈ। ਮੈਸੇਜ ਕਿਹਾ ਹੈ ਜੀ ਸ਼ਾਨ ਜੀ, ਸਨਾ ਜੀ, ਨਮਸਕਾਰ। ਨਮਸਕਾਰ ਜੀ ਚਚਾ। ਕਰਤਾਰਪੁਰ ਗੁਰੂਦੁਆਰਾ ਸਾਹਿਬ ਕਾ ਵੀਡੀਓ, ਇੰਡੀਅਨ ਗਰਲ ਇਨ ਕਰਤਾਰਪੁਰ ਕੋਰੀਡੋਰ, ਪਾਕਿਸਤਾਨ, ਗੋਲ ਗੱਪਾ, ਪਾਕਿਸਤਾਨੀ ਸੂਟ ਮਾਰਕੀਟ, ਲਿੰਕ ਹੈ ਜੀ ਜਾਨ ਮਹਿਲ ਵੀਡੀਓ ਅੰਕਲ ਓਮ ਪ੍ਰਕਾਸ਼ ਜੀ। ਤੋ ਇਹ ਥੇ ਹਮਾਰੇ ਪਿਆਰੇ ਸੇ ਚਚਾ ਕਾ ਮੈਸੇਜ। ਥੈਂਕ ਯੂ ਸੋ ਮਚ ਚਚਾ, ਇਤਨੀ ਪਿਆਰੀ ਮੈਸੇਜ, ਇਤਨੇ ਪਿਆਰੇ ਮੈਸੇਜ ਕਾ। ਔਰ ਵਾਕਈ ਇਹ ਜੋ ਇੰਡੀਅਨ ਗਰਲ ਹੈ ਸਿਸਟਰ, ਇਨਕੀ ਬਹੁਤ ਮਜ਼ੇ ਕੀ ਵੀਡੀਓ ਹੋਤੀ ਹੈ। ਇੱਕ ਵੀਡੀਓ ਪਰ ਹਮ ਲੋਗ ਰਿਐਕਟ ਕਰ ਚੁੱਕੇ ਹੈ, ਵਾਕਈ ਉਹਨਾਂ ਨੇ ਬਹੁਤ ਮਜ਼ੇ ਕੀ ਵੀਡੀਓ ਬਣਾਈ। ਉਮੀਦ ਕਰਤੇ ਆਜ ਕੀ ਜੋ ਵੀਡੀਓ ਪੇ ਆਪ ਲੋਗ ਨੇ ਰਿਐਕਟ ਕਰਨੇ ਕੋ ਕਹਾ ਹੈ ਵੋ ਵੀ ਮਜ਼ੇ ਕੀ ਹੋਗੀ। ਤੋ ਚਲੇ ਵੀਡੀਓ ਕਾ ਜੋ ਟਾਈਟਲ ਹੈ ਵੋ ਵੀ ਪੜ੍ਹ ਕੇ ਸੁਣਾ ਦੇ ਕਿ ਵੀਡੀਓ ਕਾ ਜੋ ਟਾਈਟਲ ਹੈ ਵੋ ਹੈ ਇੰਡੀਅਨ ਗਰਲ ਇਨ ਕਰਤਾਰਪੁਰ ਕੋਰੀਡੋਰ ਪਾਕਿਸਤਾਨ ਗੋਲ ਗੱਪਾ ਪਾਕਿਸਤਾਨੀ ਸੂਟ ਐਂਡ ਮਾਰਕੀਟ ਟਰੈਵਲ ਵਿਦ ਜੋ ਜੀ। ਤੋ ਸਿਸਟਰ ਕਾ ਨਾਮ ਹੈ ਜੀ ਜੋ। ਚਲੇ ਦੇਖਤੇ ਹੈ ਜੀ ਇਨਕੀ ਵੀਡੀਓ, ਔਰ ਵੀਡੀਓ ਪੇ ਦੇਤੇ ਰਿਐਕਸ਼ਨ, ਉਸਕੇ ਬਾਅਦ ਦੂੰਗੇ ਆਪਣਾ ਰਿਵਿਊ ਕਿ ਹਮੇ ਵੀਡੀਓ ਕੈਸੀ ਲਗੀ। ਤੋ ਚਲੇ ਲੈਟਸ ਗੋ। ਇਹ ਪਾਕਿਸਤਾਨੀ ਗੋਲਗੱਪਾ, ਇਹ ਭਰਾ ਹੈ ਇਹ ਸਾਡੇ ਪਾਕਿਸਤਾਨੀ, ਇਹ ਖਾਓ ਇੱਥੇ ਦਾ ਸਪੈਸ਼ਲ, ਹਿੰਦੁਸਤਾਨ ਦਾ ਕਈ ਵਾਰੀ ਖਾਇਆ ਹੈ, ਅੱਜ ਖਾਂਦੇ ਪਾਕਿਸਤਾਨੀ ਗੋਲਗੱਪਾ। 2 ਗੁਰਧਾਮਾਂ ਦੇ ਦਰਸ਼ਨ ਕੀਤੇ ਆ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ, ਜਿੱਥੇ ਮਹਾਰਾਜ ਦਾ ਅੰਤਮ ਸਮਾਂ ਗੁਜ਼ਾਰਿਆ। ਤੇ ਅੱਜ ਤੁਹਾਨੂੰ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ, ਜੋ ਇੱਥੇ ਕੁਝ ਚੀਜ਼ਾਂ ਹੈਗੀਆਂ, ਅੱਜ ਇੱਥੇ ਇੱਕ ਮਿਨਿਸਟਰ ਬਾਰੇ ਸਾਰੀਆਂ ਚੀਜ਼ਾਂ ਦੱਸਾਂਗੇ ਆਪਾਂ। ਤੇ ਹੁਣ ਹਲੇ ਅਸੀਂ ਉੱਠੇ ਹੀ ਆ, ਤੇ ਜਦੋਂ ਅਸੀਂ ਨਾ ਇੱਧਰੋਂ ਆਏ ਨਾ, ਅਸੀਂ ਜਦੋਂ ਇੱਥੋਂ ਤੋਂ ਆਏ, ਇੱਕ ਐਂਟਰੀ ਹੋਈ ਸਾਡੀ ਇੱਥੇ ਤੇ, ਠੀਕ ਹੈ ਨਾ, ਅਲੱਗ ਦੇਖੇ ਤੇ ਦਰਬਾਰ ਸਾਹਿਬ ਦੀ, ਇੰਨਾ ਪਿਆਰਾ ਲੱਗ ਰਿਹਾ ਸੀ ਇੱਥੋਂ ਨਾ। ਆਹ ਦੇਖੋ ਮੈਂ ਜੂਮ ਕਰਾਂ ਹੌਲੀ ਹੌਲੀ ਹੌਲੀ, ਅਤੇ ਬਹੁਤ ਪਿਆਰਾ ਗੁਰਦੁਆਰਾ ਸਾਹਿਬ ਲੱਗ ਰਿਹਾ ਇੱਥੇ। ਇੱਕ ਬੱਦਲ ਹੋਇਆ ਹੋਇਆ ਅੱਜ, ਨਹੀਂ ਤਾਂ ਨਾ ਵੀ ਜੇ ਕਿਤੇ ਧੁੱਪਾਂ ਨਿਕਲਦੀ ਆ, ਇੰਨਾ ਥੱਲੇ ਤਪਣਾ ਤਾਂ ਇਹ, ਪਰ ਅੱਜ ਸੰਗਤਾਂ ਵਾਸਤੇ ਮਹਾਰਾਜ ਨੇ ਆਪੇ ਬਹੁਤ ਸੋਹਣਾ ਮੌਸਮ ਕਰਤਾ ਅੱਜ। ਜ਼ਿਆਦਾ 2500 ਅਤੇ 3000 ਦੇ ਇਰਗਿਰਡ ਸੰਗਤ ਪਹੁੰਚੀ ਹੋਈ ਇੱਥੇ। ਆ ਜਿਹੜਾ ਇੱਧਰ ਆਪਣੇ ਇੰਡੀਆ ਸਾਈਡ ਤੋਂ ਜੋ ਕੋਰੀਡੋਰ ਹੈ ਇੱਥੇ, ਉਸ ਸਾਈਡ ਦੇ ਵਿੱਚ ਇੰਡੀਆ ਸਾਈਡ ਤੋਂ ਵੀ ਸੰਗਤ ਆਊਗੀ, ਅਤੇ ਅਸੀਂ ਤਾਂ ਹੁਣ ਪਾਕਿਸਤਾਨ ਵਾਲੀ ਸਾਈਡ ਤੋਂ ਆਏ ਹੋਏ ਹਾਂ। ਸਾਡੇ ਰਿਸ਼ਤੇਦਾਰ ਮਿਲੇ ਫੇਰ ਦੁਆਰੇ ਸਾਨੂੰ,
ਹੁਣ ਜਿਹੜੇ ਤਕਰੀਬਨ ਇੱਥੇ ਜਿੰਨਾ ਵੀ ਹੁਣ ਜਿੰਨੇ ਬੰਦੇ ਇੱਕ ਦੂਜੇ ਨੂੰ ਪਛਾਣਨ ਲੱਗ ਗਏ, ਜਿੰਨੇ ਵੀ ਇੱਕ ਦੂਜੇ ਨਾਲ ਵੀ ਰਿਲੇਸ਼ਨ 'ਚ ਥੋੜ੍ਹੀ ਥੋੜ੍ਹੀ ਗੱਲਾਂ ਬਾਤਾਂ ਕਰਕੇ ਨਾ ਸੰਬੰਧ ਜਿਹੇ ਬਣਦੇ ਜਾ ਰਹੇ ਆ। ਅਤੇ ਹੁਣ ਅਸੀਂ ਜਾਵਾਂਗੇ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਦੇ, ਸਭ ਤੋਂ ਪਹਿਲਾਂ ਪ੍ਰਸ਼ਾਦ ਛਕਦੇ ਹਾਂ ਫਿਰ ਅਗਲੀ ਐਕਟੀਵਿਟੀ ਦੇਖਦੇ ਹਾਂ। ਅਤੇ ਇੱਥੇ ਅੱਜ ਇੱਧਰ ਤੱਕ ਮਿਨਿਸਟਰ ਵੀ ਆ ਰਹੇ ਨੇ ਅਤੇ ਜੋ ਵੀ ਇੱਥੇ ਇਤਿਹਾਸ ਕਰਤਾਰਪੁਰ ਸਾਹਿਬ ਜੀ ਸਾਰੇ ਦੱਸਾਂਗੇ। ਅਤੇ ਪਿਛਲੀ ਵੀਡੀਓ 'ਚ ਤੁਸੀਂ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਨਨਕਾਣਾ ਸਾਹਿਬ ਉਸ ਵੀਡੀਓ ਦੇਖੀ ਅਤੇ ਇੱਥੇ ਜਿੱਥੇ ਮਹਾਰਾਜ ਨੇ ਅੰਤਿਮ ਸਮਾਂ ਗਾਇਆ ਆਪਣੇ ਲਾਈਫ ਦੇ ਬਹੁਤ ਉਪਦੇਸ਼ ਦਿੱਤੇ। ਹਾਂਜੀ ਠੀਕ ਹੋ ਜੀ, ਕਿੱਦਾਂ ਲੱਗਿਆ ਤੁਹਾਨੂੰ ਆ ਕੇ ਹਰਿਆਣੇ ਤੋਂ? ਬਹੁਤ ਵਧੀਆ ਲੱਗਿਆ ਜੀ, ਪਹਿਲਾਂ ਵੀ ਆਈ ਸੀ ਜਦੋਂ ਕੋਰੀਡੋਰ ਤੇ। ਹਾਂ ਤੁਹਾਡੀ ਬਹੁਤ ਵੀਡੀਓ, ਤੁਹਾਡੀ ਵੀਡੀਓ ਵਾਇਰਲ ਹੋਈ ਸੀ ਬਹੁਤ ਜ਼ਿਆਦਾ ਉਹ। ਹਾਂ ਅੱਜ ਵੀਜ਼ਾ ਲੈ ਕੇ ਆਏ ਨਾ ਤਾਂ ਕੁਝ ਅਲੱਗ ਹੀ ਫੀਲ ਹੋ ਰਿਹਾ। ਹਾਂ ਇੱਕ ਨਾ ਮੇਰੇ ਇੱਥੇ ਡ੍ਰੀਮ ਸੀ ਵੀ ਜਦੋਂ ਨਾ ਮੈਂ ਇੱਥੇ ਆਇਆ ਸੀ ਨਾ ਆ ਜਿਹੜੇ ਇੱਥੇ ਕਮਰੇ ਦੇਖ ਰਿਹਾ ਸੀ ਬਣੇ ਹੋਏ ਨਾ, ਆਹ ਮੇਰਾ ਦਿਲ ਕਰ ਸੀ ਵੀ ਇੱਥੇ ਨਾ ਕਦੇ ਰਾਤ ਲਾਵਾਂ ਵੀ ਇੱਕ ਰਾਤ ਲੱਗੇ ਆਪਣੀ ਇੱਥੇ, ਪਰ ਮਹਾਰਾਜ ਇੱਕ ਰਾਤ ਨਹੀਂ ਮੈਨੂੰ ਦੋ ਰਾਤਾਂ ਦੇ ਤੀਆਂ ਹੁਣ ਇੱਥੇ। ਹੁਣ ਦੋ ਰਾਤਾਂ ਲਾ ਕੇ ਜਾਵਾਂਗੇ, ਤੁਹਾਨੂੰ ਰੂਮ ਵੀ ਦਿਖਾਵਾਂਗੇ ਜਿਹੜਾ ਸਾਨੂੰ ਰੂਮ ਮਿਲਿਆ ਹੋਇਆ। ਅਤੇ ਬਹੁਤ ਸੰਗਤਾਂ ਹੋਈਆਂ ਪੰਜਾਬ ਤੋਂ ਇੱਥੇ। ਅਤੇ ਹੁਣ ਕਰਦੇ ਹਾਂ ਦਰਸ਼ਨ ਅਤੇ ਜਿਹੜਾ ਖੂਹ ਆ ਜਿੱਥੇ ਬੰਬ ਗਿਰੇ ਸੀ ਉਹ ਵੀ ਦਿਖਾਵਾਂਗੇ, ਸਾਰਾ ਕੁਝ ਦਿਖਾਵਾਂਗਾ ਤੁਹਾਨੂੰ। ਜਿੱਥੇ ਸੈਰਮਨੀ ਹੋਈ ਸੀ ਉਹ ਜਿਹੜਾ ਆਪਣਾ ਪਰਦਾ ਚੱਕਿਆ ਤਾ ਉਹ ਸਾਰਾ ਦਿਖਾਵਾਂਗੇ ਇੱਧਰ ਨੂੰ, ਜਿੱਥੇ ਮਹਾਰਾਜ ਜਿੱਥੇ ਖੇਤੀ ਕਰਦੇ ਸੀ ਖੂਹ ਸਾਰਾ ਕੁਝ ਦਿਖਾਵਾਂਗੇ ਇੱਥੇ। ਜਿੱਦਾਂ ਬਾਬੇ ਨੇ ਜਿਹੜੇ ਮੁਸਲਿਮ ਭਰਾ ਕਹਿੰਦੇ ਉਹ ਸਾਡਾ, ਸਿੱਖ ਭਰਾ ਕਹਿੰਦੇ ਸਾਡਾ, ਪਰ ਉਹ ਸਭ ਦਾ ਸਾਂਝਾ। ਅਤੇ ਬਹਾਦੀ ਪਾਸੇ ਮਹਾਰਾਜ ਦੀ ਦਰਗਾਹ ਬਣੀ ਹੋਈ ਆ ਅਤੇ ਅੰਦਰ ਜਿੱਥੇ ਮਹਾਰਾਜ ਦਾ ਸੰਸਕਾਰ ਕੀਤਾ ਸੀ ਉਹ ਸਾਨੂੰ ਦੋਨੇ ਸਥਾਨ ਦਿਖਾਉਂਦਾ ਵੀ ਇੱਥੇ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਜੀ ਮੈਂ ਸਭ ਦਾ, ਮੈਂ ਇਕੱਲਿਆਂ ਦਾ ਨਹੀਂ ਹੈਗਾ ਇਸ ਧਰਤੀ 'ਤੇ ਆ ਕੇ, ਵੀ ਆਪਾਂ ਵੀ ਇੱਦਾਂ ਹੀ ਬਣੀਏ, ਆਪਾਂ ਵੀ ਸਭ ਦੇ ਹੀ ਹਾਂ ਅਤੇ ਆਪਾਂ ਇਕੱਲੇ ਨਹੀਂ। ਮੈਂ ਦੁਬਾਰੇ ਰੂਮ 'ਚ ਆਇਆ, ਚਾਬੀ ਲੈ ਕੇ ਤੁਹਾਨੂੰ ਰੂਮ ਵੀ ਦਿਖਾਉਂਦਾ। ਅਤੇ ਗੱਲ ਇਹ ਹੋਈ ਨਾ ਇੱਥੇ ਨਾ ਇਹਨਾਂ ਨੇ ਇੱਕ ਆਈਡੀ ਦੇ ਦਿੰਦੇ ਜਿਹੜੀ ਗੱਲ 'ਚ ਪਾਉਣੇ ਵਾਲੀ, ਮੈਂ ਕੋਈ ਕਹੇ ਨਾ ਅਤੇ ਉਹ ਆਈਡੀ ਗੱਲ 'ਚ ਪਾ ਦਵਾਂ ਲੈ ਕੇ, ਮੈਂ ਦਿਖਾਉਂਦਾ ਤੁਹਾਨੂੰ ਕਿਹੜੀ ਆਈਡੀ ਆ। ਚਾਬੀ ਬੜੀ ਸੋਹਣੀ ਗੋਲ ਮਟੋਲ ਜੀ, ਚਾਰੇ ਪਾਸੇ ਨੂੰ ਗੋਲ ਆ, ਇਹ ਜੀ ਆਪਣੇ ਇੰਡੇ ਚਾਪੇ ਜੀ ਹੁੰਦੀ ਹੈ ਨਾ ਇਹ ਗੋਲ ਆ ਚਾਰੇ ਪਾਸੇ 'ਤੇ। ਹੁਣ ਤਾਂ ਵੈਸੇ ਰੂਮ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ, ਏ ਸੀ ਮਿਲਿਆ ਹੋਇਆ, ਬਹੁਤ ਵੱਡਾ ਰੂਮ ਹੈ, 6 ਐਸੜ 5 ਐਸੜ 9 ਬੰਦੇ ਦੇ ਅੰਦਰ ਰਹਿ ਸਕਦੇ ਆ ਰੂਮ ਦੇ ਵਿੱਚ। ਮੈਂ ਆਈ ਡੀ ਕਿੱਧਰ ਰੱਖੀ ਹੋਈ ਸੀ, ਇੱਥੇ ਮੇਰਾ ਲੈਪਟੋਪ ਇਸ ਇੱਥੇ ਪਈ ਹੋਈ ਹੈ ਨਾ ਪਈ ਹੈ, ਆਹ ਇੱਧਰ ਦੀ ਪਾਕਿਸਤਾਨ ਵਾਲੀ ਸਾਈਡ ਦੀ। ਅਤੇ ਜੇ ਅੱਜ ਇੰਡੀਆ ਵਾਲੀ ਸਾਈਡ ਤੋਂ ਆਇਆ ਨਾ ਤੁਹਾਨੂੰ ਉਹ ਵੀ ਦਿਖਾਊਂਗਾ ਮੈਂ, ਇਹ ਕਹਿੰਦੇ ਵੀ ਇੱਥੇ ਗਲ 'ਚ ਪਾ ਕੇ ਰੱਖਣੀ ਹੈ, ਕੋਈ ਐਵੇਂ ਇੱਧਰ ਦਾ ਕੋਈ ਕਹਿ ਦੇ ਵੀ ਤੁਹਾਡੇ, ਕਹਿੰਦੇ ਜ਼ਰੂਰੀ ਹੈ ਜਦੋਂ ਆਉਂਦਾ ਆਪਾਂ ਐਂਟਰੀ ਕਰਦੇ ਨੇ ਇੱਥੇ ਤਾਂ ਕਹਿੰਦੇ ਆ ਵੀ ਆ ਤੁਸੀਂ ਆਪਣੇ ਗਲ 'ਚ ਪਾ ਕੇ ਰੱਖਣੀ ਹੈ। ਅਤੇ ਆਪਾਂ ਵੀ ਫਿਰ ਗਲ 'ਚ ਪਾਏ ਲਈਏ, ਚਲੋ ਬਣ ਗਈ ਗੱਲ। ਮੈਂ ਦੁਬਾਰੇ ਆ ਗਿਆ ਇੱਥੇ ਤੇ ਘਰਦੇ ਖੜੇ ਇੱਧਰ, ਚੱਲੇ ਜੀ ਕਰੀਏ ਦਰਸ਼ਨ, ਮੇਰਾ ਪਰਸ ਹੈਗਾ ਤੁਹਾਡੇ ਕੋਲ, ਚਲੋ ਫਿਰ ਚਲੋ ਚੱਲੇ। ਸਤਿ ਸ਼੍ਰੀ ਅਕਾਲ ਜੀ, ਹਾਂ ਕਰੋ ਜੀ ਦਰਸ਼ਨ। ਅਤੇ ਇਸ ਸਾਈਡ ਸਾਡੇ ਮੁਸਲਮਾਨ ਭਰਾ ਇੱਥੇ ਆਪਣਾ ਜੋ ਵੀ ਅਰਦਾਸ ਕਰਦੇ ਆ ਅਦਾ ਕਰਦੇ ਆ। ਦਰਗਾਹ ਬਣੀ ਇੱਥੇ ਜੀ, ਸਾਹਮਣੇ ਲਿਖਿਆ ਪਵਿੱਤਰ ਸਥਾਨ ਮੁਸਲਮਾਨ ਭਾਈਚਾਰੇ ਦੇ। ਹੁਣ ਤੁਹਾਨੂੰ ਅੰਦਰ ਦਰਸ਼ਨ ਕਰਾਉਂਦੇ ਆਪਾਂ, ਜਦੋਂ ਮਹਾਰਾਜ ਦਾ ਅੰਤਿਮ ਸਮਾਂ ਆਇਆ ਸੀ ਨਾ ਜੀ ਅਤੇ ਸਿੱਖ ਭਾਈਚਾਰੇ ਅਤੇ ਮੁਸਲਮਾਨ ਭਰਾਵਾਂ 'ਚ ਥੋੜ੍ਹੀ ਕਹਿੰਦੇ ਵੀ ਬਹਿਸ ਵਸਾਈ ਹੋਈ, ਉਹ ਕਹਿੰਦੇ ਵੀ ਅਸੀਂ ਦਫਨਾਉਣਾ ਅਤੇ ਸਿੱਖ ਭਾਈਚਾਰੇ ਕਹਿੰਦੇ ਵੀ ਅਸੀਂ ਜੋ ਇੱਧਰ ਹੀ ਰਹਿਤ ਭਰਿਆ ਦਾ ਸੋ ਅਨੁਸਾਰ ਆਪਾਂ ਨੇ ਕਰਨਾ। ਅਤੇ ਮਹਾਰਾਜ ਨੇ ਕਹਿੰਦੇ ਆਪਣੇ ਕੋਲ ਚਾਦਰ ਪਾਈ ਅਤੇ ਫਿਰ ਕਹਿੰਦੇ ਜਦੋਂ ਚਾਦਰ ਚੱਕੀ ਤਾਂ ਫੁੱਲ ਨਿਕਲੇ ਅਤੇ ਸਿੱਖਾਂ ਨੇ ਇੱਧਰ ਫੁੱਲਾਂ ਨੂੰ ਇੱਥੇ ਆਪਣੇ ਜੋ ਅਗਨ ਭੇਟ ਕਰਤਾ ਸੀ ਅਤੇ ਉੱਧਰ ਮੁਸਲਮਾਨ ਭਰਾਵਾਂ ਨੇ ਇਸ ਸਾਈਡ ਆਪਣੀ ਦਰਗਾਹ ਬਣਾਈ ਸੀ। ਸੇ
ਆਪਾਂ ਖੂਹ ਦਿਖਾਉਂਦੇ ਹਾਂ, ਇਸ ਖੂਹ ਦਾ ਵੀ ਇੱਕ ਇਤਿਹਾਸ ਹੈ ਅਤੇ ਇੱਥੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਹੁੰਦੇ ਸੀ। ਜਿਹੜਾ ਸਾਹਮਣੇ ਖੂਹ ਹੈ, ਇੱਕ ਤੁਹਾਨੂੰ ਇੱਥੇ ਲਿਖਿਆ ਹੋਇਆ, ਤੁਹਾਨੂੰ ਸਮਝਾਉਂਦਾ ਸਾਰਾ। ਮੈਂ ਇੱਕ ਵਾਰੀ ਪਿਛਲੀ ਵਾਰੀ ਵੀਡੀਓ ਬਣਾਈ ਸੀ ਅਤੇ ਲੋਕਾਂ ਨੇ ਬਹੁਤ ਚੰਗੇ ਅਤੇ ਗਲਤ ਕਮੈਂਟ ਕੀਤੇ ਸੀ। ਮੈਂ ਤਾਂ ਇੱਥੇ ਜੋ ਲਿਖਿਆ ਸੀ ਉਹੀ ਪੜ੍ਹ ਕੇ ਸੁਣਾਇਆ ਸੀ। ਅਤੇ ਇੱਕ ਦੌਰ ਸੀ ਜਦੋਂ ਆਪਣੇ ਇੰਡੀਆ ਔਰ ਪਾਕਿਸਤਾਨ ਦੀ ਲੜਾਈ ਹੁੰਦੀ ਸੀ ਅਤੇ ਇੰਡੀਆ ਵਾਲੀ ਸਾਈਡ ਤੋਂ ਬੰਬ ਗੇਰਿਆ ਗਿਆ ਸੀ ਅਤੇ ਉਹ ਜਿਹੜਾ ਬੰਬ ਹੈ, ਆਹ ਜਿਹੜਾ ਬੰਬ ਇੱਥੇ ਪਿਆ, ਇੱਥੇ ਨਿਸ਼ਾਨੀ ਆ, ਉਹ ਕਹਿੰਦੇ ਵੀ ਇਹ ਬੰਬ ਇਹ ਖੂਹ 'ਚ ਆ ਕੇ ਵਿੱਚ ਗਿਰ ਗਿਆ ਸੀ, ਆਪਣੇ ਖੂਹ 'ਚੋਂ ਵਿੱਚ ਸਮਾ ਲਿਆ ਸੀ ਅਤੇ ਅੰਦਰ ਇਹਦੇ ਵਿੱਚ ਪਟ ਗਿਆ ਸੀ ਇਹ। ਇੱਥੇ ਲਿਖਿਆ ਪੂਰਾ ਇਤਿਹਾਸ ਅਤੇ ਖੇਤਾਂ ਨੂੰ ਪਾਣੀ ਲਾਉਂਦੇ ਪਹਿਲੇ ਪਾਸੇ ਹੱਟ ਹੈ ਕਿਸੀ ਉਹ ਦੌਰ ਹੋਣ ਜੋ ਮਹਾਰਾਜ ਜੀ ਇੱਥੇ ਪਾਣੀ ਲਿਆਉਂਦੇ ਸੀ, ਖੂਹ ਤੋਂ ਖੇਤੀ ਕਰਦੇ ਹੁੰਦੇ ਸੀ। ਮਹਾਰਾਜ ਨੇ ਬੜੀਆਂ ਕੌਤਕ ਰਚੇ ਆ ਵੀ ਕਿਸ ਤਰ੍ਹਾਂ ਤੁਸੀਂ ਜ਼ਿੰਦਗੀ ਜੀਣੀ ਹੈ, ਕਿੱਦਾਂ ਰਹਿਣਾ ਸਹਿਣਾ। ਇੱਕ ਉੱਥੇ ਲਿਖਿਆ ਬਹੁਤ ਸੋਹਣੇ ਸ਼ਬਦ ਲਿਖਿਆ ਹੋਇਆ, ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ, ਵੀ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ, ਜੇ ਤੁਹਾਡੇ ਕੋਲ ਜ਼ਿਆਦਾ ਆ ਗਏ ਅਤੇ ਵੰਡ ਕੇ ਛਕੋ। ਹਲਕੀ ਹਲਕੀ ਬਰਸਾਤ ਪੈਣੀ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਸੰਗਤਾਂ ਸਾਰੀਆਂ ਦਰਬਾਰ ਸਾਹਿਬ ਨੂੰ ਅੰਦਰ ਨੂੰ ਜਾਣ ਲੱਗ ਗਈਆਂ ਅਤੇ ਹੁਣ ਅਸੀਂ ਵੀ ਚੱਲੀਏ ਅੰਦਰ ਨੂੰ ਅਤੇ ਅੰਦਰ ਬੈਠਦੇ। ਜਦ ਤੱਕ ਹਾਲੇ ਬਰਸਾਤ ਹਟਦੀ ਆ, ਉਹ ਸਾਡੇ ਹਾਲੇ ਇੰਡੀਆ ਵਾਲੀ ਸਾਈਡ ਸਾਫ਼ ਹੈ ਅਤੇ ਇਹ ਸਾਡੇ ਹਾਲੇ ਬੱਦਲ ਹੈ ਪਾਕਿਸਤਾਨ ਵਾਲੀ ਸਾਈਡ। ਹੁਣ ਅਸੀਂ ਉੱਥੇ ਚੱਲੇ ਹਾਂ ਜਿੱਥੇ ਇਮਰਾਨ ਖਾਨ ਨੇ ਸੈਰਮਨੀ ਹੋਈ ਸੀ, ਜਿੱਥੋਂ ਇੱਕ ਪਰਦਾ ਚੱਕਿਆ ਸੀ। ਅੱਜ ਵੀ ਜਿਹੜੇ ਮੰਤਰੀ ਮੈਨੂੰ ਲੱਗਦੇ ਉਹਨਾਂ ਨੂੰ ਸਾਹਮਣੇ ਲਾਤੀਆਂ ਲਾਤੀਆਂ ਕਿਆ ਕਹਿੰਦੇ ਹੁੰਦੇ ਇਹਨੂੰ, ਚਾਨਣੀਆਂ ਲਾਤੀਆਂ। ਅਤੇ ਇੱਕ ਮੈਂ ਤਾਂ ਪਿੱਛੇ ਹੁਣੀ ਹੁਣੀ ਮੈਨੂੰ ਯਾਦ ਆਇਆ, ਇੱਥੇ ਮਹਾਰਾਜ ਜੋਤੀ ਜੋਤ ਸਮਾਏ ਤਾਂ ਮੈਂ ਤਾਂ ਕਹੇ ਨਹੀਂ ਹੁੰਦਾ ਸੀ, ਇੱਕ ਮੈਂ ਪ੍ਰਕਾਸ਼ ਕਹਿ ਦਿੰਦਾ ਸੀ, ਪਰ ਇੱਕ ਜਗ੍ਹਾ ਪ੍ਰਕਾਸ਼ ਹੋਇਆ ਸੀ ਇੱਥੇ ਮਹਾਰਾਜ ਜੋਤੀ ਜੋਤ ਸਮਾਏ ਤੇ। ਸੋਰੀ ਕਿ ਹੁਣ ਗੱਲਾਂ ਦਿਮਾਗ ਦੇ ਵਿੱਚ ਬਹੁਤ ਹੁੰਦੀਆਂ ਨੇ ਜੋ ਕਰਨੇ ਵਾਲੀਆਂ ਹੁੰਦੀਆਂ, ਪਰ ਬੰਦੇ ਨੂੰ ਇੰਨੀਆਂ ਭੁੱਲ ਜਾਂਦਾ ਫਿਰ ਬੰਦਾ, ਦਿਮਾਗ ਇੱਕ ਕੰਮ ਅਨੇਕ। ਲਓ ਜੀ ਵੀਰ ਜੀ ਹੁਣੇ ਫਿਰ ਮਿਲ ਗਏ ਸਾਨੂੰ ਦੁਆਰੇ, ਕੀ ਹਾਲ ਹੈ ਜੀ? ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਲੱਗਾ ਜੀ ਇੱਥੇ ਆ ਕੇ? ਆਨੰਦ ਬੰਨੇ? ਹਾਂਜੀ ਹਾਂਜੀ, ਬੱਲੇ 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 ਬੱਲੇ। ਫੋਨ ਪਰ ਗੱਲਾਂ ਹੋਲੀਆਂ ਘਰਦਿਆਂ ਨਾਲ ਰੱਜ ਕੇ ਹੋਈਆਂ, ਕੀ ਹਾਲ ਹੈ ਵੀਰੇ? ਅੱਛਾ ਠੀਕ ਹੈ ਠੀਕ ਹੈ, ਦੱਸੋਗਾ ਵੀਡੀਓ ਦੇਖੋਗਾ ਸਾਡੀ? ਅਤੇ ਉਹ ਇੱਥੇ ਥੋੜ੍ਹੀ ਰੇਂਜ ਆ ਜਿੱਦਾਂ ਵੀ ਜਿਹੜੇ ਇੰਡੀਆ ਇੱਥੇ ਤੋਂ ਜਿਹੜਾ ਬਾਰਡਰ 3 ਕਿਲੋਮੀਟਰ ਦੂਰ ਹੈ ਇੰਡੀਆ, ਇੱਥੇ ਨੈੱਟ ਫੜ ਲੈਂਦਾ, ਚਲੋ ਇੱਕ ਚੰਗੀ ਗੱਲ ਹੋ ਗਈ ਇਹ, ਰੇਂਜ ਆਈ ਜਾਂਦੀ। ਹਾਂ 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 ਮਹਾਰਾਜ ਖੁਸ਼ ਹੋ। ਬੇਟੇ ਮੇਰੇ ਨੇ ਲਿੰਕ ਭੇਜਿਆ ਸੀ, ਆਂਦਾ ਭਾਈ ਉਹ ਤੁਹਾਡੀ ਵੇਖੀ ਵੀਡੀਓ। ਅੱਛਾ ਬੜੀ ਖੁਸ਼ੀ ਹੋਈ ਸੀ ਜੀ, ਮੇਰੀ ਨਿਊਜ਼ੀਲੈਂਡ ਉਹਨਾਂ ਨੇ ਵੀਡੀਓ ਤੁਹਾਡੀ। ਅੱਛਾ ਠੀਕ ਠੀਕ, ਚਲੋ ਹੁਣ ਅੱਗੇ ਬਣਾ ਲਈਏ, ਹੁਣ ਕੱਲ ਨੂੰ ਬਣਾਉਂਗਾ ਤੁਹਾਡੇ। ਠੀਕ ਹੈ ਵੀਰੇ, ਓਕੇ ਜੀ ਓਕੇ। ਹਾਂ 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 ਹੁਣ ਅੱਜ ਨੈੱਟ ਦੇਖਦਾ, ਕੱਲ ਨੂੰ ਪਾਉਂਗਾ ਅੱਜ। ਹਾਂਜੀ ਹਾਂਜੀ ਹਾਂਜੀ, ਓਕੇ ਵੀਰੇ, ਓਕੇ ਓਕੇ। ਅਤੇ ਬਹੁਤ ਭਰਾ ਜਿਹੜੇ ਮਿਲ ਗਏ ਇੱਥੇ, ਇੱਕ ਪਰਿਵਾਰ ਬਣ ਗਿਆ ਸਾਡਾ ਸਾਰਿਆਂ ਦਾ। ਅਤੇ ਹੁਣ ਇੱਥੇ ਦੇਖਦੇ ਹਾਂ ਜਿੰਨੀ ਸਾਈਡ ਮਹਾਰਾਜ ਦੇ ਨੇ, ਇੱਥੇ ਸਾਰੇ ਖੇਤ ਮਹਾਰਾਜ ਜਿੱਥੇ ਮਹਾਰਾਜ ਖੇਤੀ ਕਰਦੇ ਹੁੰਦੇ ਸੀ। ਵੈਸੇ ਪਹਿਲਾਂ ਸੰਗਤ ਨੂੰ ਉੱਥੇ ਜਾਣ ਨਹੀਂ ਦਿੰਦੇ ਹੈਗੇ, ਹੁਣ ਸੰਗਤ ਉਹ ਉੱਥੇ ਸਾਹਮਣੇ ਵਾਕ ਕਰ ਰਹੀ ਜਿੱਥੇ ਉਹਨਾਂ ਇੱਕ ਉਹਨਾਂ ਨੇ ਖੰਡਾ ਦਾ ਬਣਾਇਆ ਹੋਇਆ ਉਹਦੇ ਫੁੱਲਾਂ ਦੇ ਨਾਲ ਆ। ਹੁਣ ਆਪਾਂ ਵੀ ਚੱਲਦੇ ਹਾਂ, ਨਹੀਂ ਇਸ ਤੋਂ ਅੱਗੇ ਜਾਣ ਨਹੀਂ ਦਿੰਦੇ ਹੈਗੇ ਸੰਗਤ ਨੂੰ। ਹਾਂਜੀ ਇੱਥੋਂ ਜਾਂਦੀ ਜਿਹੜੀ ਉਹ ਆਪਾਂ ਉੱਥੇ ਜਿੱਥੇ ਉਹ ਸਾਹਮਣੇ ਆ, ਉੱਥੇ ਇਹਨਾਂ ਦਾ ਇਮੀਗ੍ਰੇਸ਼ਨ ਆ, ਇਸ ਤੋਂ ਅੱਗੇ ਆਪਣਾ ਜਿਹੜਾ ਉਹ ਸਾਹਮਣੇ ਵੱਡਾ ਝੰਡਾ ਨਹੀਂ ਦਿਖਦਾ ਇੱਥੋਂ ਤੋਂ ਜੀ, ਉਹ ਯਾਰ ਉੱਥੇ ਆਪਣਾ। ਹੁਣ ਅਸੀਂ ਉਹ ਸਾਈਡ ਆ ਗਏ ਜਿਹੜੀ ਸਾਈਡ ਤੋਂ ਇੰਡੀਆ ਵਾਲੀ ਸੰਗਤ ਆਉਂਦੀ ਹੁੰਦੀ ਹੈ,
ਤੇ ਮਿਲਦੇ ਇੰਡੀਆ ਵਾਲੀ ਸੰਗਤ ਨੂੰ ਤੇ ਆ ਸਾਡਾ ਇੱਦਾਂ ਦਾ ਤੇ ਤੁਹਾਨੂੰ ਇੰਡੀਆ ਦਿਖਾਉਂਦਾ, ਇੰਡੀਆ ਦਾ ਪਿਲਾ ਪਿਲਾ ਹੁੰਦਾ ਉਹ ਦੇਖੋ ਸਾਰੇ ਸਾਹਮਣੇ ਇੰਡੀਆ ਦੀ ਸਾਈਡ ਤੋਂ ਖੜੀ ਸੰਗਤ ਦੇਣ ਦਾ ਵੈਲਕਮ ਇੰਡੀਆ ਤੋਂ ਆਏ ਜੀ ਹਾਂਜੀ 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 ਆਪਾਂ ਪਾਕਿਸਤਾਨ ਵਾਲੀ ਹਾਂਜੀ ਹਾਂਜੀ ਜਿਹੜੇ ਇੰਡੀਆ ਵਾਲੀ ਸਾਈਡ ਤੋਂ ਫ੍ਰੀ ਵੀਜ਼ਾ ਪਾਸਪੋਰਟ ਦੇ ਨਾਲ ਆਉਂਦੇ ਆ ਪਾਸਪੋਰਟ ਪਰ ਆਧਾਰ ਕਾਰਡ ਪਰ ਨਹੀਂ ਜੀ ਪਾਸਪੋਰਟ ਚਾਹੀਦਾ ਜੀ ਸਾਹਮਣੇ ਖੜੀ ਸੰਗਤ ਬੀਬਾ ਪਿੱਛੇ ਹੀ ਰਹਿ ਤੇ ਇਹਨਾਂ ਨੂੰ ਕੁਛ ਦੱਸ ਰਹੇ ਆ ਜਿੱਥੋਂ ਜਦੋਂ ਸੰਗਤ ਉੱਧਰ ਤੇ ਆਉਂਦੇ ਨਾ ਕੁਛ ਜਿਹੜੀ ਕੰਡੀਸ਼ਨ ਆ ਵੀ ਤੁਸੀਂ 10 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਰਹਿ ਸਕਦੇ ਆ ਸਾਰਾ ਕੁਝ ਦੱਸਦੇ ਪਏ ਸਾਈਡ ਲੰਗਰ ਹਾਲ ਆ ਸਾਰਾ ਕੁਝ ਸਮਝਾਇਆ ਜਾਂਦਾ ਫਿਰ ਉਹਨਾਂ ਨੂੰ ਉੱਧਰ ਹੋਰ ਸੰਗਤ ਆ ਰਹੀ ਹੈ ਪਾਕਿਸਤਾਨ ਵਾਲੀ ਸਾਈਡ ਤੋਂ ਨਾ ਆਪਣੀ ਸੋਰੀ ਇੰਡੀਆ ਸਾਈਡ ਤੋਂ ਆ ਰਹੀ ਹੈ ਲੋ ਜੀ ਸੰਗਤ ਆ ਗਈ ਸਾਰੀ ਇੱਧਰ ਨੂੰ ਹਾਂ ਹੁਣ ਅੰਦਰ ਜਾਊਂਗੇ ਇੰਡੀਆ ਵਾਲੀ ਸਾਈਡ ਤੋਂ ਵੈਲਕਮ ਜੀ ਵੈਲਕਮ ਤੁਹਾਡੇ ਸਾਰਿਆਂ ਦਾ ਜੀ ਹਾਂ ਆਪਾਂ ਨੂੰ ਵਿੱਚ ਸਬਸਕ੍ਰਾਈਬਰ ਵੀ ਮਿਲੇ ਜਿਹੜੇ ਆਪਣੇ ਵੀਡੀਓ ਦੇਖਦੇ ਆ ਕਹਿੰਦੇ ਤੁਹਾਡੀ ਵੀਡੀਓ ਦੇਖ ਕੇ ਅਸੀਂ ਪੂਰਾ ਫੋਲੋ ਕਰਕੇ ਆਏ ਹਾਂ ਬੜਾ ਚੰਗਾ ਲੱਗਿਆ ਹਾਂਜੀ ਕੀ ਹਾਲ ਵੀਰੇ ਇੱਕ ਇੱਥੇ ਪੂਰਾ ਇੱਕ ਨਕਸ਼ਾ ਬਣਾਇਆ ਹੋਇਆ ਵੀ ਜਿੱਦਾਂ ਸਾਰਾ ਦਿਖਾਇਆ ਹੋਇਆ ਇੱਥੇ ਵੀ ਕਿਆ ਕੁਛ ਬਣਿਆ ਹੋਇਆ ਇਹ ਮੈਂ ਬਹੁਤ ਵਾਰੀ ਵੈਸੇ ਵੀਡੀਓ ਬਣਾ ਲਈ ਆ ਪੂਰਾ ਇੱਕ ਮੈਪ ਬਣਿਆ ਹੋਇਆ ਇੱਥੇ ਗੁਰਦੁਆਰਾ ਸਾਹਿਬ ਦਾ ਇਹ ਸਾਈਡ ਤੋਂ ਇੰਡੀਆ ਵਾਲੀ ਸਾਈਡ ਦੀ ਐਂਟਰੀ ਹੈ ਜਿੱਦਾਂ ਹੁਣ ਤੁਹਾਨੂੰ ਮੈਂ ਸਮਝਾਵਾਂ ਇੱਥੇ ਤੇ ਇਹ ਸਾਡੀ ਇੰਡੀਆ ਵਾਲੀ ਸਾਈਡ ਦੀ ਐਂਟਰੀ ਹੈ ਜਿੱਥੇ ਹੁਣ ਆਪਾਂ ਜਾਣਾ ਚਾਹੁੰਦਾ ਸੀ ਉੱਥੇ ਸੀ ਪਹਿਲਾਂ ਇੱਥੇ ਖੜ੍ਹੇ ਸੀ ਜਿੱਥੇ ਖੰਡਾ ਦਿਖਾਇਆ ਸੀ ਮੈਂ ਅਸੀਂ ਫਿਰ ਉੱਥੇ ਨੂੰ ਹੋ ਕੇ ਐਂ ਦੀ ਹੋ ਕੇ ਇੱਥੇ ਤਾਂ ਇੰਡੀਆ ਵਾਲੇ ਨੂੰ ਐਂਟਰੀ ਹੋਈ ਆ ਹਾਂ ਇੱਥੇ ਇੰਡੀਆ ਐਂਟਰੀ ਹੁਣ ਅਸੀਂ ਇੱਥੋਂ ਸਿੱਧਾ ਆ ਕੇ ਇੱਥੇ ਜੇ ਹੁਣ ਅਸੀਂ ਇਹ ਦੇ ਵਿੱਚ ਖੜ੍ਹੇ ਆਪਾਂ ਇਹ ਬਿਲਡਿੰਗ ਦੇ ਵਿੱਚ ਹੁਣ ਆਪਾਂ ਇੱਥੇ ਠੀਕ ਹੈ ਹਾਲੇ ਇਹ ਸਾਈਡ ਨੂੰ ਚੀਜ਼ ਇਹ ਬਣਨੀ ਹੈ ਜਗ੍ਹਾ ਲੱਤੀ ਹੋਈ ਆ ਆਹ ਸਾਈਡ ਹਾਲੇ ਡਿਵੈਲਪ ਹੋਣੀ ਹੈ ਇਹ ਇੱਦਾਂ ਬਣਨੀ ਹੈ ਆਹ ਪਿੱਛੇ ਸਰਾਵਾਂ ਜਿਹੜਾ ਅਸੀਂ ਰਹਿ ਰਹੇ ਹਾਂ ਪਿਛਲੀ ਸਾਈਡ ਸਰਾਵਾਂ ਸਾਰੀਆਂ ਹਨ ਠੀਕ ਹੈ ਜੀ ਇਹ ਸਾਈਡ ਤੋਂ ਪਾਕਿਸਤਾਨੀ ਪਾਕਿਸਤਾਨ ਵਾਲੀ ਸਾਈਡ ਤੋਂ ਆਉਂਦੇ ਅਸੀਂ ਹੁਣ ਇਹ ਸਾਈਡ ਤੋਂ ਆਏ ਪਾਕਿਸਤਾਨ ਵਾਲੀ ਸਾਈਡ ਤੋਂ ਆਏ ਦੀ ਪੂਰਾ ਮੈਪ ਸਮਝਾਇਆ ਹੋਇਆ ਇੱਧਰ ਇਹ ਸਾਡਾ ਪੂਰਾ ਗੁਰਦੁਆਰਾ ਸਾਹਿਬ ਦਾ ਬਣਾਇਆ ਹੋਇਆ ਠੀਕ ਹੈ ਜੀ ਉਹ ਸਾਹਮਣੇ ਜਿਹੜਾ ਹੁਣ ਨਵਾਂ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਹਾਂ ਜਿਹੜਾ ਆਪਾਂ ਜਿੱਥੋਂ ਆਪਾਂ ਸਟਾਰਟਿੰਗ ਐਂਟਰੀ ਕਰਦੇ ਨਾ ਇੱਥੋਂ ਤੋਂ ਗੋਲਧਾਰੇ ਚੜ੍ਹਦੇ ਹਾਂ ਅਤੇ ਆਪਾਂ ਇਮੀਗ੍ਰੇਸ਼ਨ ਦਾ ਆਫਿਸ ਹੈ ਉਹ ਪੂਰਾ ਇੱਕ ਰੋਡ ਮੈਪ ਬਣਾਇਆ ਹੋਇਆ ਉਹ ਵੀ ਦਿਖਾ ਦਿੰਦੇ ਇੱਕ ਵਾਰੀ ਹੈ ਨਾ ਵੀ ਕਿੱਦਾਂ 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 ਇਹ ਹੈਗਾ ਜਿਹੜਾ ਬਾਰਡਰ ਟਰਮੀਨਲ ਜਿੱਥੇ ਤੇ ਇਮੀਗ੍ਰੇਸ਼ਨ ਦਾ ਇੱਥੇ ਤੋਂ ਆਹ ਬਾਰਡਰ ਲਾਈਨ ਦਿਖਾਈ ਉਹਨਾਂ ਨੇ ਆਹ ਇੱਥੋਂ ਆਪਾਂ ਇੰਡੀਆ ਐਂਟਰ ਕਰਦੇ ਹਾਂ ਜਿੱਥੇ ਅੱਜ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਤੋਂ ਇੰਡੀਆ ਐਂਟਰ ਕਰਦੇ ਆਪਾਂ ਇੱਥੋਂ ਹੋ ਗਿਆ ਸਾਡਾ ਆਪਣਾ ਇਮੀਗ੍ਰੇਸ਼ਨ ਹੁੰਦਾ ਇੱਥੋਂ ਬੱਸਾਂ 'ਚ ਬਿਠਾਲ ਕੇ ਫਿਰ ਆ ਕੇ ਅੱਗੇ ਨੂੰ ਗਿਆ ਆਹ ਜਿਹੜਾ ਰਾਵੀ ਹਾਂ ਰਾਵੀ ਦਰਿਆ ਜਾਂਦਾ ਜਿਹਦੇ ਉੱਪਰ ਆਪਾਂ ਕ੍ਰੋਸ ਕਰਦੇ ਹਾਂ ਫਿਰ ਇੱਥੋਂ ਆ ਕੇ ਗੁਰਦੁਆਰਾ ਸਾਹਿਬ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਮੈਂ ਸਾਰਾ ਮਹਾਰਾਜ ਨੇ ਕਿਹਾ ਵੀ ਪਹਿਲਾਂ ਲੰਗਰ ਛਕ ਲਓ ਬਾਕੀ ਕੰਮ ਬਾਅਦ 'ਚ ਕਰਿਓ ਉਹ ਕਿਉਂ ਜੇ ਤੁਹਾਡੇ ਢਿੱਡ ਭੁੱਖਾ ਹੋਊਗਾ ਤੁਸੀਂ ਨਾਮ ਸਹੀ ਤਰੀਕੇ ਨਾਲ ਨਹੀਂ ਜਪੂਗੇ ਹਾਂਜੀ 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 ਅਤੇ ਰੱਜ ਕੇ ਛੱਕ ਕੇ ਫਿਰ ਨਾਮ ਰੱਬ ਦਾ ਨਾਮ ਜਪੋ ਸੰਗਤਾਂ ਸਾਰੀਆਂ ਬੈਠੀਆਂ ਇੱਧਰ ਛੱਕ ਰਹੀਆਂ ਨੇ ਕਿੱਧਰ ਬੈਠੀਏ ਉਹ ਪਰਲੇ ਪਾਸੇ ਹੈਗੀ ਜਗ੍ਹਾ ਕਰੋ ਜੀ ਦਾ
ਦਰਸ਼ਨ ਇੱਥੇ ਦੇ ਲੰਗਰ ਹਾਲ ਦੇ, ਜਿੱਥੇ ਸਾਰਾ ਲੰਗਰ ਤਿਆਰ ਹੁੰਦਾ, ਉੱਧਰ ਆਪਣੀਆਂ ਬੀਬੀਆਂ ਲੰਗਰ ਜਾਂ ਸੇਵਾ ਕਰਦੇ ਹੋਏ ਸੇਵਾ ਚੂਪ ਕਰਾਉਂਦਾ। ਠੀਕ ਹੈ ਜੀ, ਇੱਥੇ ਜਿਹੜੇ ਪਾਕਿਸਤਾਨੀ ਭਰਾ ਸੰਗਤਾਂ ਵਾਸਤੇ ਲੰਗਰ ਤਿਆਰ ਕਰਦੇ ਨੇ, ਅਤੇ ਉੱਧਰ ਆਪਣੇ ਹੁਣ ਪੰਜਾਬੀ ਭਰਾ ਜਿਹੜੇ ਲੱਗੇ ਸੀ ਆਪਣੇ ਭਾਂਡੇ 'ਚ ਲੱਗੇ ਹੋਏ ਨੇ, ਸੜਕ ਭਾਂਡੇ ਸੇਵਾ ਕਰ ਰਹੇ ਨੇ ਸਾਰੀ ਬੀਬੀਆਂ ਅਤੇ ਸਿੱਖ ਭਰਾ। ਇੱਧਰ ਭੈਣਾਂ ਪ੍ਰਸ਼ਾਦਾ ਬਣਾ ਰਹੀਆਂ ਨੇ, ਅਤੇ ਤਵੀ ਲੱਗੀ ਹੋਈ ਇੱਧਰ ਉਹ ਸਾਈਡ ਵੀ ਹੁਣ ਤਾਂ ਸਾਨੂੰ ਸਾਰਾ ਇੱਧਰ ਨੂੰ ਮੈਂ। ਇੱਧਰ ਭੈਣਿਆਂ ਪੀੜੇ ਕਰਦੇ ਹੋਈਆਂ, ਇੱਥੋਂ ਪੀੜੇ ਹੋਏ ਇੱਧਰ ਜਾਂਦੇ ਆ, ਇੱਥੇ ਫਿਰ ਰੋਟੀ ਬਣਦੀ ਆ, ਫਿਰ ਇਸ ਤੋਂ ਬਾਅਦ ਤਵੇ ਪਰ ਜਾਂਦੀ ਆ, ਤਵੇ ਤੋਂ ਫਿਰ ਇੱਧਰ ਉੱਧਰ। ਇਸ ਸਾਈਡ ਵੀਰੋ ਨੇ ਕੀ ਹਾਲ ਨੇ ਵੀਰੇ, ਪਰ ਇੱਦਾਂ ਮੈਂ ਬਣਾਉਂਦਾ 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 ਮੈਂ ਜ਼ਰੂਰ ਵੀਰੇ ਜ਼ਰੂਰ, ਟੈਨਸ਼ਨ ਨਾ ਲਿਆ, ਘੈਂਟ ਵੀਡੀਓ ਬਣਾਊਂਗਾ ਤੁਹਾਡੀ। ਅਤੇ ਇੱਧਰ ਬਰੈਡਾਂ ਦਾ ਲੰਗਰ ਤਿਆਰ ਹੋ ਰਿਹਾ, ਲਓ ਜੀ ਰੰਧਾਵਾ ਭਾਅ ਜੀ ਮਿਲੇ ਨੇ, ਅਤੇ ਆਪਣੇ ਸ਼੍ਰੋਮਣੀ ਕਮੇਟੀ ਜਿਹੜੇ ਕੀਰਤਨੇ ਕਰਦੇ ਉਹ ਵੀਰ ਮਿਲੇ ਨੇ, ਸ਼ੁਕਰੀਆ ਭਾਅ ਜੀ ਤੁਹਾਡਾ ਸਾਰਿਆਂ ਦਾ। ਹਾਂ ਸਪੈਸ਼ਲ ਜੀ ਧੰਨਵਾਦ ਰਾਣਾ ਭਾਅ ਜੀ ਦਾ, ਰੰਧਾਵਾ ਭਾਅ ਜੀ ਦਾ ਜੀ, ਜਿਹੜਾ ਇੰਨਾ ਪਿਆਰ ਮੁਹੱਬਤ ਦੇ ਰਹੇ ਇੱਥੇ ਸਾਨੂੰ ਆਪਣੇ ਸਿੱਖ ਭਰਾਵਾਂ ਨੂੰ, ਬਹੁਤ ਬਹੁਤ ਸ਼ੁਕਰੀਆ ਜੀ 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 ਜੀ। ਹੁਣ ਅਸੀਂ ਆ ਗਏ ਇੱਥੇ ਦੀ ਮਾਰਕੀਟ, ਅਤੇ ਇੱਥੇ ਪੰਜਾਬੀ ਸੂਟ ਹੋਰ ਖਾਣ ਪੀਣ ਦਾ ਉਹ ਤੱਕ ਨੂੰ ਕਾਫੀ ਲੰਬੀ ਮਾਰਕੀਟ ਹੈ ਇੱਥੇ ਦੀ ਇਹ। ਅਤੇ ਅਸੀਂ ਭਾਅ ਜੀ ਅੱਛਾ ਹਾਂਜੀ 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 ਨਿਊਜ਼ੀਲੈਂਡ, ਤੁਸੀਂ ਨਿਊਜ਼ੀਲੈਂਡ ਉੱਥੇ ਨਿਊਜ਼ੀਲੈਂਡ ਬੇਟਾ, ਠੀਕ ਹੈ ਠੀਕ ਹੈ, ਮੈਂ ਗਿਆ ਸੀ ਹੋ ਗਿਆ ਦੋ ਆਪਣੇ ਦਸੰਬਰ ਮਹੀਨੇ 'ਚ, ਦੋ ਤਿੰਨ ਮਹੀਨੇ ਹੋ ਗਏ ਗਏ ਜਾਏ ਨੂੰ। ਹਾਂਜੀ 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 ਉਹ ਸਾਡੇ ਸਾਡੇ ਰਿਸ਼ਤੇਦਾਰ ਬੈਠੇ ਨੇ। ਅਤੇ ਹੁਣ ਰੰਧਾਵਾ ਭਾਅ ਜੀ ਦੱਸ ਰਹੇ ਨੇ ਵੀ ਇਸ ਹੁਣ ਜਿਹੜੀ ਵੀ ਆਹ ਇੱਥੇ ਨਾ ਪਹਿਲਾਂ ਜਿਹੜੀ ਕੰਟੇਨਰਾਂ 'ਚ ਮਾਰਕੀਟ ਬਣਦੀ ਸੀ, ਹੁਣ ਇੱਥੇ ਪ੍ਰੋਪਰ ਬਿਲਡਿੰਗਾਂ ਬਣ ਰਹੀਆਂ, ਅਤੇ ਫਰੈਂਚਾਈਜ਼ ਹੋਰ ਵੀ ਜਿਹੜੇ ਇੱਧਰ ਦੀਆਂ ਉਹਨਾਂ ਨੂੰ ਦੇਣਗੇ ਇੱਥੇ, ਅਤੇ ਪੂਰੀ ਇੱਕ ਮਾਰਕੀਟ ਬਣੂਗੀ। ਮੈਂ ਆਪਣੇ ਸਿੱਖ ਭਰਾਵਾਂ ਨੂੰ ਕਹਿੰਦਾ ਵੱਧ ਤੋਂ ਵੱਧ ਆਪਣੇ ਬਾਬੇ ਦੇ ਜਿੱਥੇ ਜੋਤੀ ਜੋਤ ਸਮਾਏ 'ਤੇ ਆ ਕੇ ਨਮਸਤਕ ਹੋ ਅਤੇ ਪ੍ਰਣਾਮ ਕਰੋ, ਅਤੇ ਇੱਥੋਂ ਆ ਕੇ ਜੋ ਕੋਈ ਆਪਣੇ ਨਿਸ਼ਾਨੀਆਂ ਤੁਸੀਂ ਇੱਥੋਂ ਲੈ ਕੇ ਜਾਓ। ਇੱਕ ਛੋਟੀ ਜਿਹੀ ਜਿਹੜੇ ਆਪਣੇ ਪੰਜਾਬ ਸਾਈਡ ਤੋਂ ਆਉਂਦੇ ਆ ਉਹਨਾਂ ਵਾਸਤੇ ਬਣਾਇਆ ਹੋਇਆ, ਪਰ ਅਸੀਂ ਜਿਹੜਾ ਮੈਂ ਮੇਨ ਰੱਖਿਆ ਨਾ ਭਾਅ ਜੀ ਮੇਰੀ, ਮੈਂ ਜਾ ਕਰੂੰ ਲਾਹੌਰੇ ਸ਼ੋਪਿੰਗ। ਬਿਲਕੁਲ ਹਾਂਜੀ 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 ਉਹ ਸਾਡਾ ਬੈਂਕ ਬਣਿਆ ਹੋਇਆ, ਏ ਟੀ ਐੱਮ ਬਣਿਆ ਹੋਇਆ, ਜੇ ਕਿਸੇ ਕੋਲ ਆਪਣੇ ਏ ਟੀ ਐੱਮ ਪੈਸੇ ਕਢਾਉਣੇ ਹੋਣ ਭਾਅ ਜੀ ਦੱਸ ਰਹੇ ਤੇ ਇੱਥੇ, ਅਤੇ ਹੁਣ ਤਾਂ ਆਹ ਬਣ ਗਏ ਇੱਧਰ ਕਮਰੇ ਬਣ ਗਏ ਜਿੱਧਰ ਹੈ ਨਾ। ਜੀ 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 ਲਓ ਜੀ ਵੀਰੋ ਨੇ ਮਿਲੇ ਬਾਗਾ ਬਾਰਡਰ ਤੋਂ ਹੀ, ਤੁਹਾਡੇ ਤਾਂ ਲੱਗ ਗਏ ਬਾਰਡਰ ਟੱਪ ਗਏ ਆ ਜਾਣਾ ਤਾਂ ਆਹ ਥੱਲੇ ਸੁਰਮੇ ਪੱਟ ਲੈਂਦੇ ਲੱਗ ਗਏ ਦੇ ਹਾਂ। ਹਾਂਜੀ 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 ਅਟਾਰੀ ਤੋਂ ਪੈਸੇ ਕਿੰਨਾ ਕੁ ਪੈ ਜਾਂਦਾ ਫਿਰ ਬਾਰਡਰ ਤੁਹਾਡਾ? ਅੱਛਾ ਕੌਂਕੇ ਪਿੰਡ, ਦੋ ਢਾਈ ਕਿਲੋਮੀਟਰ ਬਾਰਡਰ ਪੈ ਜਾਂਦਾ। ਹਾਂ ਹਾਂ ਚਲੋ ਸਰ, ਆਪਣੇ ਸ਼ੁਕਰ ਮਨਾਓ, ਤਾਂ ਜੇ ਥੋੜ੍ਹੀ ਇੱਧਰ ਕੰਧ ਹੋ ਜਾਂਦੀ ਸ਼ਾਇਦ ਤੁਸੀਂ ਪਰਲੇ ਪਾਸੇ ਹੋ ਜਾਣਾ ਤਾਂ। ਹਾਂਜੀ ਸਾਨੂੰ ਪਰਲੇ ਪਾਸੇ ਹੋਰ ਪਾਣਾ ਜਾਣਾ ਪੈਂਦਾ। ਹਾਂ ਓਕੇ ਵੀਰ ਜੀ। ਹਾਂਜੀ ਓਕੇ। ਹੁਣ ਅਸੀਂ ਥੋੜ੍ਹਾ ਅੱਗੇ ਆ ਗਏ, ਇੱਥੇ ਮੈਡੀਕਲ ਸੈਂਟਰ ਬਣਿਆ ਹੋਇਆ ਜਿੱਥੇ ਆਪਣੇ ਸਿੱਖ ਸਰਦਾਰਾਂ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੱਬ ਨਾ ਕਰੇ ਕੋਈ ਦੁਰਵਿਧਾ ਹੁੰਦੀ ਹੈ, ਮਾਰਕੀਟ ਵਾਲੀ ਸਾਈਡ ਸਿੱਧੀ ਲਾਈਨ ਆ ਜਾਂਦੀ ਹੈ, ਅਤੇ ਆਪਾਂ ਨੂੰ ਕੋਈ ਵੀ ਇੱਥੇ ਮੈਡੀਕਲ ਦੀ ਕੋਈ ਸੁਵਿਧਾ ਚਾਹੀਦੀ ਹੈ। ਹੁਣੇ ਇੱਕ ਬੇਬੇ ਗਿਰ ਗਈ, ਉਹਦੇ ਨਾਲ ਸੱਟਾਂ ਜੀ ਵੱਜੀਆਂ, ਉਹ ਹੁਣ ਰਿਸਕਿਊ ਕਰਕੇ ਟੀਮ ਇਹਨਾਂ ਦੀ ਲੈ ਕੇ ਆਈ ਉਹਨੂੰ, ਹੁਣ ਥੱਲੇ ਲਾਉਣ ਉਹਦੇ ਪਿੱਟੀਆਂ ਪੁੱਟੀਆਂ ਕੰਨ ਗਏ, ਇੱਥੇ ਸਾਹਮਣੇ ਤੁਹਾਨੂੰ ਦਿਖਾਉਂਦਾ ਮੈਂ। ਸਿੱਖਾਂ ਵਾਸਤੇ ਇੱਕ ਬਹੁਤ ਵੱਡਾ ਵਰਦਾਨ ਦਿੱਤਾ ਹੋਇਆ ਜਿਹੜਾ ਇੱਥੇ ਬਣਾਇਆ ਹੋਇਆ, ਇੱਕ ਇੱਕ ਚੀਜ਼ ਦਾ ਵੀ ਖਿਆਲ ਰੱਖਿਆ ਗਿਆ ਵੀ ਕਿਹੜੀ ਕਿਹੜੀ ਸਾਈਡ ਕਿਆ ਹੋਵੇ, ਕਿਹੜੀ ਸਾਈਡ ਰੂਮ ਹੋਣ, ਕਿਹੜੀ ਸਾਈਡ ਗੁਰਦੁਆਰਾ, ਐਨ ਪੂਰਾ ਇੱਕ ਇੱਕ ਚੀਜ਼ ਦਾ ਖਿਆਲ ਰੱਖਿਆ ਗਿਆ ਇੱਥੇ ਵੀ ਕਿਹੜੀ ਕਿਹੜੀ ਸਾਈਡ ਨੂੰ। ਇਹ ਸਾਨੂੰ ਹੈਲੀਪੈਡ ਬਣਿਆ ਹੋਇਆ, ਕੋਈ ਹੋਰ ਕੋਈ ਵੱਡੇ ਵੱਡੇ ਜੋ ਮਿਨਿਸਟਰ ਸਿੱਧਾ ਇੱਥੇ ਉਤਰਦੇ ਆਪਣੇ ਦਰਸ਼ਨ ਕਰਕੇ ਫਿਰ ਵਾਪਸ ਜਦੋਂ ਕੋਲ ਜਿਹਨਾਂ ਬਈ ਮਹਾਰਾਜ ਨੇ ਰੱਬ ਨੇ ਕਿਰਪਾ ਕੀਤੀ, ਪੈਸਾ ਹੀ ਇੰਨਾ ਵੀ ਸਾਨੂੰ ਟਾਈਮ ਦੇ ਇੱਕ ਇੱਕ ਮਿੰਟ ਕੀਮਤੀ। ਉਹ ਬੇਬੇ ਨੂੰ ਲਈ ਜਾ ਰਹੇ ਨੇ,
ਤੇ ਮੈਡੀਕਲ ਰੈਸਕਿਊ ਕਰਕੇ ਟੀਮ ਲੈ ਕੇ ਆਈ ਹੈ। ਐਟ ਏ ਟਾਈਮ ਕਿਸੇ ਵੀ ਜਗ੍ਹਾ ਪੇ ਕੋਈ ਵੀ ਛੋਟਾ ਮੋਟਾ ਇੰਸੀਡੈਂਟ ਵੀ ਹੁੰਦਾ ਹੈ ਜੀ, ਤੋ ਯੇ ਲੋਗ ਵਿਦ ਇਨ 5 ਮਿੰਟ ਵਹਾਂ ਪੇ ਪਹੁੰਚ ਜਾਤੇ ਹੈ। ਓਏ ਹੋਏ ਰੈਸਕਿਊ ਟੀਮ, ਯੇ ਰੈਸਕਿਊ ਟੀਮ ਹੈ ਜੀ ਜੀ। ਔਰ ਇਟਸ ਲਾਈਕ ਬਗੈਰ ਕਿਸੇ ਲਾਲਚ, ਬਗੈਰ ਕਿਸੇ ਬਾਤ ਕੇ ਕਿ ਜੋ ਹੈ ਨਾ ਯੇ ਫੌਰਨ ਵਹਾਂ ਪੇ ਪਹੁੰਚਤੇ ਹੈ। ਔਰ ਬਾਕੀ ਵੋ ਭਾਈ ਆਪਕੋ ਬਤਾਏਂਗੇ। ਹਾਂ, ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ, ਤੁਸੀਂ ਐਡੀ ਬੜੀ ਸੇਵਾ ਲੁੱਟ ਰਹੇ ਹੋ ਸਿੱਖ ਭਰਾਵਾਂ ਨੂੰ, ਜੋ ਵੀ ਕੋਈ ਕਿਸੇ ਨੂੰ ਕੋਈ ਮੈਂ ਕਹਿੰਦਾ ਨਹੀਂ ਆਵੇ ਉਹਨੂੰ ਤੁਸੀਂ ਰਿਕਸਿਊ ਕਰਕੇ ਫਿਰ ਇੱਥੇ ਤੱਕ ਲੈ ਕੇ ਆਉਂਦੇ ਹਾਂ। ਇਹਦੇ ਵਿੱਚ ਤੁਸੀਂ ਕਿਆ ਆਪਣੇ ਇਹਦੇ ਟ੍ਰੇਨ ਦੇ ਕਿਆ ਕਰ ਦਿੰਦੇ ਫਿਰ? ਸਭ ਤੋਂ ਪਹਿਲੇ ਇਹ ਹੁੰਦਾ ਹੈ ਕਿ ਜੋ ਕਿ ਰੋਡ ਐਕਸੀਡੈਂਟ ਹੋ ਜਾਤੇ ਹੈ, ਕਿਸੀ ਕੋ ਹਮ ਲੇਨੇ ਕੇ ਲੀਏ ਜਾਤੇ ਹੈ, ਜਿਸ ਤਰ੍ਹਾਂ ਕਾ ਪੇਸ਼ੈਂਟ ਵੀ ਹੋਤਾ ਹੈ, ਪਹਿਲੇ ਹਮ ਕੋਸ਼ਿਸ਼ ਕਰਤੇ ਹੈ ਕਿ ਉਨਕੋ ਫਸਟ ਏਡ ਕਰੇ। ਜੀ 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 ਜੀ। ਫਸਟ ਏਡ ਕਰਨੇ ਕੇ ਬਾਅਦ ਪਤਾ ਚਲਤਾ ਹੈ ਕਿ ਅਗਰ ਫ੍ਰੈਕਚਰ ਹੈ ਤੋ ਉਸੇ ਹੋਸਪਿਟਲਾਈਜ਼ ਕਰ ਦੇਤੇ ਹੈ। ਜੀ ਜੀ ਜੀ। ਔਰ ਜੋ ਨਜ਼ਦੀਕ ਤਰੀਨ ਹੋਸਪਿਟਲ ਹੋਤਾ ਵਹਾਂ ਪੇ ਹੋਸਪਿਟਲ। ਤੇ ਹੁਣ ਆਪਾਂ ਅੰਦਰੋਂ ਇੱਥੋਂ ਹੋਸਪਿਟਲ ਦੇਖਦੇ ਹਾਂ, ਵਾਰਡ ਨੰਬਰ ਇੱਧਰ, ਠੀਕ ਹੈ ਜੀ। ਪੁੱਛ ਕੇ ਰਿਸੈਪਸ਼ਨ ਤੋਂ ਪੰਜਾਬੀ 'ਚ ਵੀ ਲਿਖਿਆ, ਕਿੰਨੀ ਰਿਸਪੈਕਟ ਦਿੱਤੀ ਆ, ਉਰਦੂ 'ਚ ਵੀ ਲਿਖਿਆ ਹੋਇਆ, ਸਭ ਤੋਂ ਉਰਦੂ ਪੰਜਾਬੀ ਫਿਰ ਥੱਲੇ ਇੰਗਲਿਸ਼ ਵਿੱਚ ਰਿਸੈਪਸ਼ਨ। ਇੱਧਰ ਓ ਟੀ ਓਪਰੇਸ਼ਨ ਥੀਏਟਰ, ਓ ਟੀ ਰਜਿੰਦਰ ਦੇਖਦੇ ਹੋਸਪਿਟਲ। ਅਤੇ ਹੁਣੀ ਹੁਣੀ ਬੀਬੀ ਆਈ ਹੈ, 6 ਵਜੇ ਇੱਧਰ ਇੱਕ ਬੀਬੀ ਹੋਰ ਪਏ ਨੇ। ਅਤੇ ਅੱਛਾ ਕੀ ਹੋ ਗਿਆ ਬੇਬੇ, ਠੀਕ ਹੈ? ਓਹੋ ਚਲੋ ਕੋਈ ਨੀ, ਬਾਬਾ ਨਾਨਕ ਦੇ ਘਰ ਆਪ ਠੀਕ ਕਰ ਦੇਣਾ ਉਹਨਾਂ ਨੇ। ਹੋ ਜਾਣਾ ਠੀਕ ਹੈ ਠੀਕ ਹੈ। ਇੱਧਰ ਸਾਡੇ ਰਿਸ਼ਤੇਦਾਰ ਬੈਠੇ, ਮੈਂ ਚੱਲਣਾ ਇਹਨਾਂ ਦੀਆਂ ਵੀ ਗੱਲਾਂ ਗੁੱਲਾਂ ਸੁਣ ਲਈਏ। ਮਾਰੋ ਹੁਣ ਗੱਲਾਂ, ਹੁਣ ਚੁੱਪ ਹੋਏ। ਦੇਖੋ ਜੀ ਹੁਣ ਪ੍ਰੇਮ ਦੁੱਖ ਮਹਾਰਾਜ ਨਾਲ ਕਿੰਨਾ ਪ੍ਰੇਮ, ਬਹੁਤ ਜ਼ਿਆਦਾ। ਇੱਕ ਬਜ਼ੁਰਗ ਆਇਆ, ਮੈਂ ਇੱਥੋਂ ਉਹਨਾਂ ਨੂੰ ਫੜ ਕੇ ਲੈ ਕੇ ਆਇਆ। ਮੈਂ ਕਿਹਾ ਬਾਬਾ ਜੀ ਵੀ ਤੁਸੀਂ ਇੱਥੇ ਕਿਵੇਂ ਵਾਰੀ ਆਏ ਹੋ? ਕਹਿੰਦੇ ਦੂਜੀ ਵਾਰੀ। ਮੈਂ ਕਿਹਾ ਵੀ ਤੁਹਾਥੋਂ ਬਹੁਤ ਵਧੀਆ ਗੱਲ ਹੈ, ਬੜਾ ਹੌਸਲਾ ਤੁਹਾਡਾ ਵੀ ਦੂਜੀ ਵਾਰੀ ਤੁਸੀਂ ਆਏ ਇੱਥੇ। ਉਹ ਕਹਿੰਦੇ ਵੀ ਮੈਂ ਰਿੜਕੇ ਆਉਣ ਨੂੰ ਤਿਆਰ ਹੈ ਇੱਥੇ, ਰਿੜਕੇ ਵੀ। ਫਿਰ ਮੈਂ ਉਹਨੂੰ ਉੱਥੇ ਛੱਡ ਕੇ ਆਇਆ, ਕਹਿੰਦੇ ਚੱਲ ਮੈਨੂੰ ਥੋੜ੍ਹਾ ਜਿਹਾ ਉੱਥੇ ਤੱਕ ਚੱਲ ਪਾ ਕੇ ਆਇਆ। ਹੁਣ ਅਸੀਂ ਜਾ ਕੇ ਉੱਧਰ, ਇੱਧਰ ਹਸਪਤਾਲ ਬਣਿਆ ਹੋਇਆ, ਸਾਡੀ ਬਲੌਗਰ ਸਾਹਿਬਾ ਕੋਈ ਵੀ ਮੌਕਾ ਛੱਡਦੀ ਨਹੀਂ ਹੈਗੀ। ਆਹ ਪਾਕਿਸਤਾਨੀ ਬੰਦੇ ਘੇਰ ਲਏ, ਉਹਨੂੰ ਮੱਥਾ ਮੁੱਥਾ ਟੇਕ ਲੈਣ ਦੇ ਭਾਈ। ਕਰਾਚੀ ਤੋਂ ਆਏ ਆ, ਬਹੁਤ ਅੱਛੇ ਲੱਗ ਰਹੇ ਆ। ਇਹ ਪਾਕਿਸਤਾਨ ਵਾਲੀ ਸਾਈਡ ਤੋਂ ਆਏ ਆ ਹੁਣ ਉੱਚੇ, ਹਾਂ ਕਰਾਚੀ ਤੇ ਹੈ ਜੀ ਜੀ। ਸਾਹਮਣੇ ਮਹਿਕ ਹੁਣੀ ਆ ਰਹੇ ਆ, ਮਹਿਕ ਦਾ ਨਾਨਾ, ਉਹ ਰੂਮਾਂ ਨੂੰ ਮੁੜ ਗਏ, ਮੈਂ ਸਾਨੂੰ ਦੇਖ ਮੁੜੇ ਗਏ ਉਹ ਇੱਧਰ। ਲਓ ਜੀ ਇੱਧਰ ਪੰਜਾਬ ਦਾ ਮੁੱਖ ਮੰਤਰੀ ਆ ਗਿਆ ਇੱਥੇ, ਉਹ ਸਾਹਮਣੇ ਜਹਾਜ਼ ਉਤਰ ਰਿਹਾ ਉਹਦਾ ਇੱਥੇ, ਹੁਣ ਇੱਥੇ ਉਤਰੂਗਾ, ਪੂਰਾ ਤਾਮ ਜਾਮ ਹੋਇਆ ਪਿਆ। ਹੁਣ ਅੱਗੇ ਦਿਖਾਵਾਂ, ਓਕੇ ਚੱਲਦੇ ਹਾਂ ਅੱਗੇ ਦਿਖਾਉਂਦਾ ਇੱਧਰ ਅੱਗੇ, ਤੇ ਉੱਤਰ ਕਿੱਧਰ ਉਤਰਿਆ, ਕਿੱਧਰ ਉਤਰਿਆ ਦਿਖੇ ਨਹੀਂ ਰਿਹਾ ਹੈਗਾ।
ਆ ਇੱਧਰ ਉਤਰ ਲੱਗਿਆ ਅਤੇ ਆਹ ਉਤਰ ਲੱਗਿਆ ਇੱਧਰ ਆ ਗਿਆ ਜਹਾਜ਼ ਆਹ ਲਹਿੰਦੇ ਪੰਜਾਬ ਦਾ ਮੁੱਖ ਮੰਤਰੀ ਪਹੁੰਚ ਚੁੱਕਿਆ ਇੱਥੇ ਇਹਦਾ ਜਹਾਜ਼ ਉਤਰੂਗਾ ਹੁਣ ਅਤੇ ਹਵਾ ਦਾ ਕੋਈ ਰੁੱਖ ਹੁੰਦਾ ਵੀ ਉਸ ਹਿਸਾਬ ਨਾਲ ਉਤਾਰੂਗਾ ਇੱਥੇ ਉਹ ਉੱਥੇ ਕਿਤੇ ਨੇੜੇ ਲਾਊਗਾ ਕਿਤੇ ਹਾਂ ਹੁਣ ਹਵਾ ਚੱਲ ਰਹੀ ਹੈ ਹਵਾ ਦੇ ਹਿਸਾਬ ਨਾਲ ਕੋਈ ਕਰਨਗੇ ਇੱਥੇ ਹੈਲੀਕਾਪਟਰ ਅਤੇ ਮੁੱਖ ਮੰਤਰੀ ਵਾਲਾ ਦੂਜੇ ਛੋਟੇ ਦਾ ਦੇਖੇ ਤੇ ਕਿੰਨੀ ਟਰਾਈ ਆ ਥੱਲੇ ਉਹਨੂੰ ਲਾਉਣ ਦੇ ਬੰਦੇ ਨੂੰ ਨਾ ਹੁਣ ਪੂਰਾ ਜਹਾਜ਼ ਸ਼ਾਂਤ ਹੋ ਗਿਆ ਅਤੇ ਹੁਣ ਵਿੱਚੋਂ ਉਤਰਨਗੇ ਸੂਰਜ ਤਪਿਆ ਪਿਆ ਉੱਪਰ ਅਤੇ ਆ ਜਿਹੜਾ ਪੱਥਰ ਆ ਨਾ ਕਹਿੰਦਾ ਡਬਈ ਤੋਂ ਆਇਆ ਠੰਡਾ ਪਿਆ ਅਸੀਂ ਆਰਾਮ ਨਾਲ ਤੁਰੇ ਜਾ ਰਹੇ ਹਾਂ ਵੀ ਇਹ ਕਹਿੰਦੇ ਜਿਹੜਾ ਇਹ ਪੱਥਰ ਆ ਡਬਈ ਤੋਂ ਆਇਆ ਇਹ ਜਦੋਂ ਗਰਮੀਆਂ 'ਚ ਕਹਿੰਦੇ ਠੰਡਾ ਰਹਿੰਦਾ ਥੋੜ੍ਹਾ ਜਿਹਾ ਅਤੇ ਜਦੋਂ ਸਰਦੀ ਆਉਂਦੀ ਉਸ ਟਾਈਮ ਥੋੜ੍ਹਾ ਗਰਮ ਰਹਿੰਦਾ ਇਹਦੇ ਵਿੱਚ ਜਦੋਂ ਪੈਰ ਧਰਦੇ ਆ ਜਿਹੜੀ ਆ ਜਿਹੜੇ ਵਿੱਚ ਪੱਟੀ ਆਉਂਦੀ ਵਿੱਚ ਵਿੱਚ ਇਹਦੇ ਪਰ ਪੈਰ ਧਰਦੇ ਐਨ ਪੂਰੀ ਤਪੀ ਪਈ ਗਰਮ ਐਨ ਵੀ ਅਹਿਸਾਸ ਹੋ ਪਿਆ ਪੱਥਰ ਦਾ ਅਤੇ ਉਹ ਪੱਥਰ ਦਾ ਜਦੋਂ ਅਸੀਂ ਇਹ ਪੱਟੀ ਇਹਦੇ ਪਰ ਪੈਰ ਰੱਖਦੇ ਨਾ ਇਹ ਆ ਪੈਰ ਰੱਖਿਆ ਇਹਦਾ ਇਹਦਾ ਫਰਕ ਪੂਰਾ ਪਤਾ ਲੱਗਦਾ ਪੈਰ ਦੇਖੋ ਰੱਖ ਕੇ ਦੇਖੋ ਗਰਮ ਪੈਰ ਰੱਖ ਨਹੀਂ ਹੁੰਦਾ ਹੈਗਾ ਜਲਦਾ ਦੋਨਾਂ ਪਰ ਰੱਖ ਕੇ ਦੇਖ ਪੈਰ ਦੇ ਕਰਕੇ ਦੇਖੋ ਚੀਜ਼ ਇਹ ਮੈਂ ਵੀ ਦੇਖਿਆ ਉੱਥੇ ਸਾਡੇ ਸਿੰਘ ਕੁਝ ਗੱਤਕਾ ਖੇਡ ਕੇ ਦਿਖਾਉਣਗੇ ਆਪਣੇ ਇੱਧਰ ਆਪਣੇ ਸੀ ਐਮ ਨੂੰ ਮਰੀਅਮ ਸਾਰੇ ਸਿੱਖ ਆ ਰਹੇ ਨੇ ਦੇਖੋ ਜੀ ਬਲੌਗਰ ਸਾਹਿਬ ਕੋਈ ਮੌਕਾ ਨਹੀਂ ਛੱਡਦੀ ਹੈਗੀ ਹਾਂਜੀ ਭੈਣ ਜੀ ਕਿੱਦਾਂ ਲੱਗਾ ਜੀ ਸਾਨੂੰ ਆ ਕੇ ਇੱਥੇ ਹਾਂਜੀ ਸਾਨੂੰ ਵੀਡੀਓ ਬਣਾਈ ਕਿ ਅੱਛਾ ਤੁਹਾਡੇ ਕੋਲ ਭੇਜ ਦਿਓ ਮੈਨੂੰ ਮੈਂ ਹੁਣੇ ਦੇਖ ਲੈਂਦਾ
ਹਾਂ ਜੀ ਮਰੀਅਮ ਜੀ ਮਰੀਅਮ ਸਾਹਿਬ ਨੇ ਚੱਪੀ ਪਾਈ ਮਰੀਅਮ ਨੇ ਇਹਨੇ ਵੀ ਪਾਈ ਭੈਣ ਉਹਨਾਂ ਦੀ ਹੁਣ ਦੇਖਿਓ ਇੱਧਰ ਕੁੜੀ ਬਹੁਤ ਥੋੜੀ ਜਿਹੀ ਐਨਕ ਜਿਹੀ ਮੋਡੀਫਾਈ ਹੈ ਥੋੜਾ ਜਿਹਾ ਸਟਾਈਲ ਜਿਹਾ ਮਾਰੋ ਮਾੜਾ ਜਿਹਾ ਕਰਕੇ ਲਓ ਜੀ ਅਸੀਂ ਹੁਣ ਮਾਡਰ ਕਰਤੀ ਬੇਬੇ ਸਾਡੀ ਇਹੀ ਹੈ ਨਾ ਜੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਚਲੋ ਜੀ ਲੰਗਰ ਛਕਣ ਆ ਰਹੇ ਨੇ ਲਓ ਜੀ ਅਸੀਂ ਹੁਣ ਅੱਜ ਪੀ ਆਈ ਪੀ ਵਾਲੇ ਬੰਦੇ ਨੇ ਖਾਣਾ ਖਾਣ ਲੱਗੇ ਬੈਠ ਕੇ ਸਾਰੇ ਇੱਧਰ ਪੀ ਆਈ ਪੀ ਬੈਠੇ ਬੈਠੇ ਆ ਲਓ ਭਾਈ ਚੱਲੀ ਮਰਿਆਮਾ ਇੱਧਰ ਦੀ ਮੁੱਖ ਮੰਤਰੀ ਲੰਗਰ ਛੱਕ ਕੇ ਬਾਏ ਬਾਏ ਭਾਈ ਚਾਹ ਕਰ ਲਓ ਆਪਣੇ ਦੇਖੋ ਜੀ ਭਾਵੇਂ ਅਮੀਰ ਹੋਵੇ ਭਾਵੇਂ ਹੋਵੇ ਗਰੀਬ ਭਾਵੇਂ ਹੋਵੇ ਮਿਨਿਸਟਰ ਭਾਵੇਂ ਹੋਵੇ MLA ਕੋਈ ਵੀ ਹੋਵੇ ਪਰ ਉਹ ਲੰਗਰ ਦੇ ਵਿੱਚ ਅਮੀਰ ਗਰੀਬ ਸਾਰੇ ਇਕੱਠੇ ਬੈਠ ਕੇ ਛਕਦੇ ਆ ਇਹ ਆ ਬਾਬੇ ਨਾਨਕ ਦਾ ਲੰਗਰ ਜੋ ਚਲਾਇਆ ਸੀ ਇਹਦੇ ਵਿੱਚ ਸਾਰੇ ਇਕੱਠੇ ਬੈਠ ਕੇ ਛਕਦੇ ਆ ਨਾ ਇਹ ਨਹੀਂ ਪਤਾ ਹੁਣ ਜਿਹੜੇ ਸਾਡੇ ਨਾਲ ਕੋਈ ਮਿਨਿਸਟਰ ਉਹ ਬੈਠਾ ਹੋਵੇ ਪਰ ਉਹ ਸਾਡੇ ਨਾਲ ਬੈਠਾ ਲੰਗਰ ਛਕਦਾ ਭਾਵੇਂ ਸਭ ਤੋਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ ਇਹ ਆ ਜੀ ਲੰਗਰ ਠੀਕ ਹੈ ਜੀ ਹਾਂਜੀ 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 ਸਾਨੂੰ ਬਹੁਤ ਚੰਗਾ ਲੱਗਿਆ ਵੀ ਇੱਧਰ ਦਾ ਅਤੇ ਇੱਧਰ ਦਾ ਜਿਹੜਾ ਮੁੱਖ ਮੰਤਰੀ ਸਾਡੇ ਪੰਜਾਬੀਆਂ ਦੇ ਵਿੱਚ ਬੈਠ ਕੇ ਲੰਗਰ ਛੱਕ ਕੇ ਗਿਆ ਉਹਨਾਂ ਨੇ ਇੱਕ ਦੇਖਿਆ ਮੈਂ ਚੀਜ਼ ਜਿੱਥੇ ਉਹਨਾਂ ਨੇ ਪਹਿਲਾਂ ਨਾ ਇੱਕ ਸਾਈਡ ਸਾਫ਼ ਕਰ ਦਿੱਤਾ ਸਾਰਾ ਵੀ ਇਹ ਸਾਈਡ ਆ ਕੇ ਬੈਠ ਕੇ ਖਾਊਗੀ ਉਹ ਬਾਲਟੇ ਆ ਛੱਡਦੇ ਆ ਸਾਰੇ ਉਹਨਾਂ ਪਾਸੇ ਅਲੱਗ ਬਣਾਇਆ ਹੋਇਆ ਸਾਰਾ ਕੁਝ ਪਰ ਨਹੀਂ ਉਹ ਨਹੀਂ ਉਹ ਜਿੱਥੇ ਆਮ ਲੋਕ ਸੰਗਤ ਛੱਕ ਰਹੀ ਉੱਥੇ ਜਾ ਕੇ ਬੈਠ ਕੇ ਛੱਕ ਗਏ ਕਹਿੰਦੇ ਜਿਹੜੀ ਉਹਨਾਂ ਨੂੰ ਸਬਜ਼ੀ ਪਾਈ ਉਹ ਮੈਨੂੰ ਪਾਓ ਉਹਦੇ ਬਾਅਦ ਸਭ ਕੁਝ ਲੈਦਾ ਚਲੋ ਵੀ ਇੰਨਾ ਕੁ ਚਲੋ ਹੁੰਦਾ ਹੀ ਆ ਵੀ ਇਹ ਪਿੰਡ ਦਾ ਸਾਰਾ ਕਾਰੋਬਾਰ ਦੇਖਣਾ ਪੈਂਦਾ ਪਰ ਉਹਨਾਂ ਸੰਗਤਾਂ ਦੇ ਵਿੱਚ ਬੈਠ ਕੇ ਲੰਗਰ ਛੱਕ ਕੇ ਗਈ ਚੰਗਾ ਹਾਂ ਲੰਗਰ ਛੱਕਿਆ ਸਾਡੇ ਵਿੱਚ ਬੈਠ ਕੇ ਪਰ ਅਸੀਂ VIP ਵਾਲੀ ਸਾਈਡ ਚਲੀ ਗਏ ਹਾਂ ਅਸੀਂ VIP ਅਸੀਂ VIP ਵਾਲਾ ਖਾਧਾ ਉਹਨੇ ਉਹ ਸਿੰਪਲ ਖਾ ਕੇ ਗਿਆ ਚਲੋ ਹੁਣ ਸਾਡਾ ਮੇਰਾ ਹੋ ਗਿਆ ਬਾਈ ਹੁਣ ਮੇਰਾ 2 ਘੰਟੇ ਹੋਏ ਹੁਣ ਮੇਰਾ ਟਾਈਮ ਹੋ ਗਿਆ ਵਿਸ਼ਰਾਮ ਕਰਦਾ ਤੋ 2-2.5 ਘੰਟੇ ਸਵੇਰ ਦਾ ਬਲੌਗ ਬਣਾ ਰਹੇ ਹਾਂ ਥੱਕ ਗਏ ਹੁਣ ਇਹਦਾ ਜ਼ੋਰ ਜ਼ਿਆਦਾ ਲੱਗਿਆ ਅੱਜ ਬਾਈ ਗਰਮੀ ਵੀ ਬਹੁਤ ਜੇ ਬਾਈ ਕਿਸੇ ਨੇ ਬਲੌਗਰ ਬਣਨਾ ਹੋਵੇ ਜੇ ਕੋਈ ਕਿਸੇ ਨੇ ਸਿੱਖਿਆ ਲੈਣੀ ਬਲੌਗਿੰਗ ਵਾਸਤੇ 1 ਮਹੀਨਾ ਮੈਡਮ ਨਾਲ ਲਾਓ ਭੱਜਣਾ ਸਿੱਖ ਜਾਓਗੇ ਬਲੌਗਿੰਗ ਤਾਂ ਪਤਾ ਨਹੀਂ ਭੱਜਣਾ ਜ਼ਰੂਰ ਸਿੱਖ ਜਾਓਗੇ ਬਲੌਗਿੰਗ ਦੇ ਐਸੇ ਐਸੇ ਟ੍ਰਿਕ ਕਿੱਦਾਂ ਸ਼ੂਟ ਕਰਨਾ ਸਾਰਾ ਕੁਝ ਐਂਡ ਲੈਵਲ ਚਲੋ ਕਰੀਏ ਰੈਸਟ ਫਿਰ ਅਸੀਂ 2 ਘੰਟੇ ਵਿਸ਼ਰਾਮ ਕੀਤਾ ਅਤੇ ਫਿਰ ਲੰਗਰਾਂ ਜਾ ਕੇ ਚਾਹ ਪੀਣ ਲੱਗੇ ਹਾਂ ਅਤੇ ਸਾਹਮਣੇ ਬਹੁਤ ਵਧੀਆ ਉਪਦੇਸ਼ ਦਿੱਤਾ ਹੈਗਾ ਬਾਬੇ ਨਾਨਕ ਜੀ ਦਾ ਨਾਮ ਜਪੋ ਕੀਰਤ ਕਰੋ ਅਤੇ ਵੰਡ ਕੇ ਛਕੋ ਇਹ ਇੱਥੋਂ ਜਦੋਂ ਤੁਸੀਂ ਜਾਣਾ ਤਾਂ ਇਹ ਚੀਜ਼ਾਂ ਲਾਗੂ ਕਰਕੇ ਜਾਣੀਆਂ ਨਾਮ ਜਪਣਾ ਬਾਬਾ ਜੀ ਦਾ ਅਤੇ ਕੀਰਤ ਕਰਨੀ ਆਪਣੇ ਹੱਥਾਂ ਦੇ ਨਾਲ ਅਤੇ ਵੰਡ ਕੇ ਛਕਣਾ ਜੇ ਰੱਬ ਨੇ ਤੁਹਾਨੂੰ ਯਾਦ ਦਿੱਤਾ ਜਿੱਦਾਂ ਮੈਂ ਪਹਿਲਾਂ ਗਿਆ ਇੱਥੇ ਬਹੁਤ ਵਧੀਆ ਉਪਦੇਸ਼ ਦਿੱਤਾ ਬਾਬਾ ਨਾਨਕ ਜੀ ਨੇ ਇਹ
ਸਾਰੀਆਂ ਸੰਗਤਾਂ ਚਾਹ ਦਾ ਲੰਗਰ ਛਕਦੀਆਂ ਹੋਈਆਂ। ਇਸ ਟਾਈਮ ਲੰਗਰ ਕੋਈ ਵੀ ਨਹੀਂ ਛੱਕ ਰਿਹਾ, ਸਾਰੀਆਂ ਚਾਹ ਦਾ ਲੰਗਰ ਛੱਕ ਰਹੀਆਂ। ਇਸ ਟਾਈਮ ਜਿੰਨੀਆਂ ਵੀ ਸੰਗਤਾਂ ਬੈਠੀਆਂ ਸਾਡੇ ਵੀ ਘਰ ਦੇ ਚਾਹ ਛੱਕ ਰਹੇ ਨੇ। ਵੀਰ ਜੀ ਹੁਣੀ ਆ ਗਏ ਅਤੇ ਇਹਨਾਂ ਨੇ ਜਦੋਂ ਇੱਥੇ ਸੰਗਤ ਆਈ ਸੀ ਅਤੇ ਇਹਨਾਂ ਨੇ ਕਿਹਾ ਸੀ ਕੱਲ੍ਹ ਨੂੰ ਅੱਜ ਦਾ ਦਿਨ ਵੀ ਕੜੀ ਪਕੌੜੇ ਦਾ ਲੰਗਰ ਛਕਾਵਾਂਗੇ ਤੁਹਾਨੂੰ। ਅਤੇ ਵੀਰ ਜੀ ਹੁਣ ਬਹੁਤ ਵਧੀਆ ਸੇਵਾ ਕੀਤੀ ਇੱਥੇ। ਸ਼ੁਕਰੀਆ ਭਾਅ ਜੀ, ਬਹੁਤ ਬਹੁਤ ਧੰਨਵਾਦ ਜੀ। ਕੜੀ ਪਕੌੜੇ ਵਾਸਤੇ ਦੁਬਾਰਾ ਇੱਕ ਵਾਰੀ ਧੰਨਵਾਦ। ਤੁਹਾਡਾ ਬਹੁਤ ਧੰਨਵਾਦ ਜੀ। ਸੰਗਤ ਆਈ ਹੈ 325ਵਾਂ ਖਾਲਸਾ ਸਿਰਨਾ ਦਿਵਸ ਮਨਾਉਣ ਲਈ, ਬਹੁਤ ਮਨ ਗਦਗਦ ਹੈ। ਬੜੀ ਕਿਰਪਾ ਬਾਬੇ ਨਾਨਕ ਦੀ, ਗੁਰੂ ਨਾਨਕ ਪਾਤਸ਼ਾਹ ਦਾ ਵੀਹਾਂ ਦਾ ਲੰਗਰ ਚੱਲਣ ਡਿਆ, ਜਿਹੜੀ ਰਹਿੰਦੀ ਦੁਨੀਆਂ ਤੱਕ ਚੱਲਦਾ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਡੇ ਤਾਂ ਪਾਕਿਸਤਾਨੀ ਭਰਾ ਮਿਲੇ ਨੇ ਇੱਧਰ ਤੇ ਚੱਲੇ ਬਈ ਹੁਣ ਫੋਟੋ ਹੋਲੀ। ਅੱਛਾ, ਸਾਡੇ ਪੁਰਾਣੇ ਸਬਸਕ੍ਰਾਈਬਰ। ਅੱਛਾ, ਉਹ ਇੰਨੀ ਫੇਮਸ ਹੋ ਗਈ, ਵੈਰੀ ਗੁੱਡ। ਅੱਛਾ ਅੱਛਾ, ਠੀਕ ਹੈ ਠੀਕ ਹੈ। ਆਓ ਜੀ ਆਓ ਜੀ, ਸਾਰੀ ਸੰਗਤਾਂ ਆਈਆਂ ਹੋਈਆਂ। ਹੁਣ ਮਾਰਕੀਟ ਘੁੰਮਣ ਚੱਲੇ, ਤੁਸੀਂ ਮਾਰਕੀਟ ਚੱਲੇ ਆ ਜੀ? ਹਾਂਜੀ ਹਾਂਜੀ, ਚਲੋ ਆ, ਚਲੋ ਚਲੋ ਚੱਲੇ ਆ ਜੋ। ਤੁਸੀਂ ਸ਼ੋਪਿੰਗ ਕਰਿਆ ਜੀ? ਭੈਣ ਜੀ ਚੁੰਨੀ ਲੈ ਲਓ ਸਿਰ ਪਰ। ਹਾਂ ਭੈਣ ਜੀ ਚੁੰਨੀ ਲੈ ਲਓ ਸਿਰ ਪਰ। ਹੁਣ ਅਸੀਂ ਫਿਰ ਦੁਬਾਰੇ ਮਾਰਕੀਟ 'ਚ ਆ ਗਏ, ਦੇਖਦੇ ਹਾਂ ਕੁਛ ਨਾ ਕੁਛ ਲੈਂਦੇ ਹਾਂ ਇੱਥੋਂ ਮਾਰਕੀਟ 'ਚੋਂ। ਉਹ ਆਇਆ ਨਹੀਂ ਇਸ ਵਾਰੀ ਬੰਦਾ ਜਿਹੜਾ ਆਪਣਾ ਜਾਣ, ਉਹ ਆਇਆ ਨਹੀਂ ਹੈਗਾ। ਉਹ ਸਾਡੇ ਪਾਕਿਸਤਾਨ 'ਚ ਭੈਣ ਜੀ ਪਤਾ ਕੀ ਚੱਲਦਾ? ਸਾਡੇ ਪਾਕਿਸਤਾਨ 'ਚ ਇਹ ਚੱਲਦਾ। ਸ਼ੁਕਰੀਆ ਭਾਅ ਜੀ ਬਹੁਤ ਬਹੁਤ। ਇਸ ਦੁਕਾਨ ਦੇ ਵਿੱਚ ਲੱਕੜੀ ਦੀ ਨਕਸ਼ਦਾਰੀ ਕੀਤੀ ਗਈ ਹੋਈ, ਆਹ ਤਾਂ ਅਸੀਂ ਲੈ ਗਏ, ਬਹੁਤ ਵਧੀਆ ਚੀਜ਼ ਹੈ। ਬੋਸਕੀ ਕੱਪੜਾ 800 ਰੁਪਏ ਮੀਟਰ ਇੰਡੀਆ ਦਾ। ਮੀਟਰ ਨਹੀਂ ਭਾਜੀ, ਪੂਰਾ ਸੂਟ ਸੂਟ ਮੈਂ ਕਹਿੰਦਾ ਮੀਟਰ ਜਿੱਦਾਂ ਵੱਡੀ ਮਰਦ ਦਾ ਸੂਟ ਬਣਾਓ। ਠੀਕ ਹੈ ਠੀਕ, ਫਿਰ ਤਾਂ ਠੀਕ ਹੈ। 800 ਰੁਪਏ ਦਾ ਸੂਟ ਦੇਵਾਂਗੇ ਪੂਰਾ ਭਾਜੀ, 4 ਮੀਟਰ ਦਾ ਵੱਡੇ ਬੰਨੇ ਦਾ, ਫਿਰ ਤਾਂ ਠੀਕ ਹੈ। ਕਹਿੰਦੇ ਜੀ ਇੱਥੇ ਦਾ ਆਹ ਬਹੁਤ ਵਧੀਆ ਬ੍ਰਾਂਡ ਹੈ ਨਿਸਾਤ। ਨਾ ਨਾ ਨਾ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਹਾਂ ਦੇਖੋ ਜੀ ਇੱਧਰ ਦੇ ਬ੍ਰਾਂਡ। ਮਿਠਾਈ ਚੱਕ ਅੱਛਾ ਜੀ ਮਿਲਣਾ ਚਾਹੁੰਦੇ ਸੀਗੇ ਸਾਨੂੰ, ਇੰਡੀਆ ਤੋਂ ਹੀ ਫੋਨ ਆ ਰਹੇ ਸੀਗੇ, ਇੱਥੇ ਪਹੁੰਚੇ ਹੋਏ ਨੇ ਪਾਕਿਸਤਾਨ। ਮਿਲ ਕੇ ਆਏ ਉਹ ਮੇਰੇ ਬ੍ਰਦਰ ਕਹਿੰਦਾ ਵੀ ਨਾਲ ਹੀ ਤੁਹਾਡੇ ਨਾਲ ਜਥੇ ਚ ਨੇ, ਠੀਕ ਹੈ ਜੀ ਜ਼ਰੂਰ ਮਿਲਾਂਗੇ।
ਤੇ ਤੁਹਾਨੂੰ ਕਿੱਦਾਂ ਲੱਗਿਆ ਫਿਰ ਇੱਥੇ ਆ ਕੇ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ। ਇਹਨਾਂ ਨੇ ਬਹੁਤ ਵਧੀਆ ਆਪਣੀ ਹਿਫਾਜ਼ਤ ਕੀਤੀ, ਸਿਕਿਉਰਿਟੀ ਬਹੁਤ ਵਧੀਆ ਸੀ, ਤੇ ਇਸ ਧਰਤੀ ਤੋਂ ਜਾਣ ਨੂੰ ਮੁੜਨ ਨੂੰ ਦਿਲ ਨਹੀਂ ਕਰਦਾ ਤੇ ਨਨਕਾਣਾ ਸਾਹਿਬ ਜੀ ਨੂੰ ਦਰਸ਼ਨ ਕੀਤੇ ਨਾ ਦਰਬਾਰ ਸਾਹਿਬ ਦੇ ਵਿੱਚ, ਉੱਥੇ ਜਾ ਕੇ ਤਾਂ ਮਤਲਬ ਮਨ ਬਹੁਤ ਬਰਾਗ ਦੇ ਵਿੱਚ ਭਰ ਆਇਆ ਵੀ ਨਾਨਕ ਨੂੰ ਸ਼ੁਕਰਾਨਾ ਕੀਤਾ, ਨਾਨਕ ਸਾਹਿਬ ਬਹੁਤ ਤੇਰਾ ਬਹੁਤ ਬਹੁਤ ਸ਼ੁਕਰਾਨਾ ਵੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਵਿਛੜੇ ਹੋਏ ਸੀ, ਕਿੰਨੇ ਟਾਈਮ ਤੋਂ ਪਰਦਾਸਾਂ ਕਰ ਰਹੇ ਕਰਮ ਕੀਤੇ ਸੀ ਤੇ ਸਾਡਾ ਮੇਰੇ ਦਾਦਾ ਜੀ ਦਾ ਜਨਮ ਪਾਕਿਸਤਾਨ ਦਾ ਸੀਗਾ ਤੇ ਲਾਹੌਰ ਆਪਣੇ ਨੇੜੇ ਪਿੰਡ ਜਿਹੜਾ ਇਹ ਜ਼ਿਲ੍ਹਾ ਪੈਂਦਾ ਹੈਗਾ ਆਪਣੇ ਲਹਿਲਪੁਰ ਜਿਹੜਾ ਜਿਹਨੂੰ ਫੈਸਲਾਬਾਦ ਕਹਿੰਦੇ ਨੇ ਹੁਣ, ਉੱਥੋਂ ਦੇ ਮੇਰੇ ਪਿਤਾ ਜੀ ਦਾ ਜਨਮ, ਮੇਰੇ ਦਾਦਾ ਜੀ ਦਾ ਜਨਮ ਅਤੇ ਮੇਰੀ ਮਾਤਾ ਦਾ ਜਨਮ ਸੀਗਾ ਸਮੁੰਦਰੀ ਸ਼ਹਿਰ ਦਾ ਅਤੇ ਮੇਰੇ ਮੈਰ ਜੇਦਰੀ ਹੋਈ ਸੀਗੀ, ਉਹਨੇ ਸਾਨੂੰ ਸਾਰਾ ਕੁਝ ਦੱਸਿਆ ਸੀ, ਅਸੀਂ ਚਾਹੁੰਦੇ ਸੀ ਕਦੋਂ ਇਸ ਧਰਤੀ ਨੂੰ ਜਾ ਕੇ ਮਿਲਾਂਗੇ, ਪਿਆਰ ਕਰਾਂਗੇ ਅਤੇ ਇੱਥੋਂ ਦੇ ਬੰਦੇ ਮਿਲੇ, ਬੜੀ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ, ਬੜਾ ਸਭ ਨੇ ਬੜਾ ਪ੍ਰੇਮ ਸਤਿਕਾਰ ਦਿੱਤਾ ਵੀ ਇੱਦਾਂ ਫੀਲ ਨਹੀਂ ਹੋਣ ਦਿੱਤਾ ਵੀ ਕਿਤੇ ਆਪਾਂ ਦੂਜੇ ਇੱਕ ਮੁਲਕ 'ਚ ਆਏ ਹੋਏ ਹਾਂ, ਐਂ ਲੱਗਾ ਵੀ ਆਪਣੇ ਘਰ ਦੇ ਵਿੱਚੋਂ। ਜਦੋਂ ਆਪਾਂ ਉੱਥੇ ਨਨਕਾਣਾ ਸਾਹਿਬ 'ਤੇ ਨਾ ਜੀ, ਉੱਥੇ ਇੱਕ ਟਟੀਰੀ ਬੋਲਦੀ ਸਵੇਟ ਆ, ਮੈਂ ਲੱਗਦਾ ਆਪਣੇ ਪਿੰਡਾਂ ਵਿੱਚੋਂ ਬੋਲਦੀ ਕਿਤੇ, ਉਹ ਟਟੀਰੀ ਜਿਹੜਾ ਕੋਕੋ ਬੋਲਦੇ ਨੇ, ਕੋਲ ਜੀ ਬੋਲਦੇ ਤੇ, ਹਾਂ ਐਂ ਲੱਗਾ ਵੀ ਆਪਣੇ ਘਰ 'ਤੇ ਹੀ ਉੱਠੇ ਆ ਜੀ ਜੀ ਵੀ ਸਾਡੇ ਪੰਜਾਬੀ ਮੁੰਡੇ ਨੇ ਅੱਜ ਬੱਲੇ ਬੱਲੇ ਕਰਾ ਕੇ ਰੱਖਤੀ ਆ, ਤੁਸੀਂ ਪਛਾਣ ਸਕਦੇ ਹੋ ਜਿਹੜੇ ਮੁੰਡੇ ਖੜੇ ਆ? ਆਹ ਮੁੰਡਾ ਜਿਹੜਾ ਖੜਾ ਇਹ, ਸਤਿ ਸ਼੍ਰੀ ਅਕਾਲ, ਇਹ ਹੈ ਤੇਰਾ ਪਾਕਿਸਤਾਨੀ, ਇਹਨਾਂ ਨੇ ਪੱਗ ਬੰਨ ਕੇ ਤੈਨੂੰ ਬਣਾ ਤਾ ਹੁਣ ਸਿੰਘ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ, ਇਹਦਾ ਦੇ ਨਾਲ ਬਹੁਤ ਚੰਗਾ ਸਮਾਂ ਗੁਜ਼ਰਿਆ ਤੇ ਆਸ਼ਾ ਕਰਦੇ ਹਾਂ ਤੁਸੀਂ ਜਿਹੜੇ ਆਏ ਤੁਹਾਡਾ ਵੀ ਸਮਾਂ ਇੱਥੇ ਚੰਗਾ ਲੰਘਦਾ ਪਿਆ ਹੋਏਗਾ ਤੇ ਇਸ ਵੀਡੀਓ ਦੇ ਮਾਧਿਅਮ ਨਾਲ ਸਾਰੀ ਉੱਥੇ ਰਹਿ ਰਹੀਆਂ ਸੰਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਆਓ ਸਾਡੇ ਨਾਲ, ਸਾਨੂੰ ਪੱਗ ਬੰਨੋ, ਸਾਡੇ ਨਾਲ ਉੱਠੋ ਬੈਠੋ ਖਾਓ ਲੰਗਰ ਛਕੋ ਤੇ ਆਉਂਦੇ ਰਹੋ ਆਉਂਦੇ ਰਹੋ, ਅੱਛਾ ਐਕਸਪੀਰੀਅੰਸ ਰਹੇਗਾ ਤੁਹਾਨੂੰ। ਚਲੋ ਬਹੁਤ ਵਧੀਆ ਬੁਰਾ ਲੱਗਦਾ ਤੁਸੀਂ ਮਿਲ ਕੇ ਆ ਰਹੇ ਹੈ, ਮੁੰਡੇ ਸਰਦਾਰ ਬਣਾ ਕੇ ਰੱਖਦੇ ਹੈ ਫਤਿਹਗੜ੍ਹ ਸਾਹਿਬ, ਤੁਹਾਨੂੰ ਪਤਾ ਜਾਣੇ ਕਿ ਕਿਹੜੀ ਚੀਜ਼ ਹੈ। ਹਾਂ 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 ਪਾਕਿਸਤਾਨੀ ਗੋਲਗੱਪਾ ਇਹ ਭਰਾ ਹੈਗੇ ਸਾਡੇ ਪਾਕਿਸਤਾਨੀ, ਖਾਓ ਇੱਥੇ ਦਾ ਸਪੈਸ਼ਲ, ਹਿੰਦੁਸਤਾਨ ਦਾ ਕਈ ਵਾਰੀ ਖਾਇਆ ਹੈ ਪਾਕਿਸਤਾਨੀ ਗੋਲਗੱਪਾ, ਬੂੰਦੀ ਪਾਈ ਹੈ ਨਾ ਬੂੰਦੀ, ਰਾਇਤਾ ਬੂੰਦੀ ਹੁੰਦੀ ਜਿਹੜੀ ਵਧੀਆ। ਚੜਕੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ, ਸੰਗਤ ਦਾ ਆਉਣ ਵਾਲਾ ਸਮਾਂ ਕੀ ਘੜੀ ਨਾ ਦੇਖਣ ਗਈ, ਵਾਹਿਗੁਰੂ ਆਪਣਾ ਬਿਰਧ ਸਮਾਨੇ ਹੱਥ ਦੇ ਰੱਖੇ ਆਪਣੇ ਬਖਸ਼ਿਆ ਕਰਕੇ ਸਹੀ ਪਿਆਰੇ ਮੇਲ ਜਿੰਦਾ ਮਿਲਿਆ ਤੇਰਾ ਨਾਮ ਚਿੰਤਿਆ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ
ਅਸੀਂ ਅੱਜ ਮੈਂ ਕਿਹਾ ਅਸੀਂ ਇਸ਼ਨਾਨ ਕਰਨਾ ਅਤੇ ਹੁਣ ਇਸ਼ਨਾਨ ਕਰਨ ਚੱਲੀਏ ਉੱਧਰ ਸਾਡੇ ਬਲੌਗਰ ਸਾਹਿਬਾ ਇਹ ਨਹੀਂ ਹਟਦੀ ਹੈ ਇਹ ਮੌਕਾ ਕੋਈ ਖੋਣ ਨਹੀਂ ਦਿੰਦੀ ਹੈਗੀ ਅਤੇ ਵੀਡੀਓ 'ਤੇ ਵੀਡੀਓ ਬਣਾਈ ਜਾ ਰਹੀ ਹੈ ਉਹ ਸਾਹਮਣੇ ਬਾਰਡਰ ਦੇਖ ਰਹੇ ਸਾਨੂੰ ਬਾਰਡਰ ਦਿਖਾਉਂਦਾ ਸੀ ਇੱਥੇ ਚਾਰੇ ਪਾਸੇ ਨਾ ਉਹ ਜਿਹੜੀਆਂ ਦਿਖਦੀ ਨਾ ਲਾਈਟਾਂ ਹੁਣ ਚਾਰੇ ਪਾਸੇ ਆ ਉਹ ਬਾਰਡਰ ਆ ਉਹ ਸਾਡਾ ਜਿੱਥੇ ਸਾਨੂੰ ਲਾਈਟਾਂ ਬਣਾ ਦਿਖਦੀਆਂ ਉਹ ਦੂਰ ਤੱਕ ਨੂੰ ਇਹ ਬਾਰਡਰ ਦੀ ਲਾਈਨ ਆ ਇਹ ਪਰ ਇੱਥੇ ਵੀ ਇੱਕ ਬਾਰਡਰ ਖਿੱਚਿਆ ਹੋਇਆ ਥੱਲੇ ਇਸ ਤੋਂ ਪਾਰ ਨਹੀਂ ਜਾਣਾ ਹੈਗਾ ਇੱਕ ਆਹ ਬਾਰਡਰ ਇੱਕ ਉਹ ਬਾਰਡਰ ਆ ਪਰਲੇ ਪਾਸੇ ਇਹ ਕਣਕ ਆ ਸਾਰੇ ਬਾਬੇ ਨਾਨਕ ਦੀ ਖੇਤ ਆ ਇੱਥੇ ਇੱਕ ਤੁਹਾਨੂੰ ਮੈਂ ਚੀਜ਼ ਹੋਰ ਦੱਸਦਾ ਵੀ ਸਿੱਖ ਧਰਮ ਨੂੰ ਸਾਰੇ ਦੂਜੇ ਧਰਮਾਂ ਨਾਲ ਕਿਉਂ ਇੰਨਾ ਪ੍ਰੇਮ ਕਰਦੇ ਕਿਉਂ ਕਰਦੇ ਆ ਦੱਸੋ ਬਈ ਜੇ ਮੈਂ ਕਹਾਂ ਵੀ ਕਮੈਂਟਾਂ 'ਚ ਪੁੱਛਾਂ ਕਿਉਂ ਕਰਦੇ ਕਈਆਂ ਦਾ ਦਿਮਾਗ ਜਾਣਾ ਵੀ ਲੰਗਰ ਲੰਗਰ ਚਲੋ ਕੁਛ ਹਰੇਕ ਬੰਦਾ ਆਪਣੇ ਘਰ 'ਚ ਬਣਾ ਲੈਂਦਾ ਮਿਹਨਤ ਕਰਕੇ ਖਾ ਲੈਂਦਾ ਪਰ ਨਹੀਂ ਜਦੋਂ ਆਪਾਂ ਅਰਦਾਸ ਕਰਦੇ ਹਾਂ ਅਰਦਾਸ ਦੇ ਵਿੱਚ ਲਾਸਟ ਵਿੱਚ ਬੋਲਦੇ ਹਾਂ ਆਪਾਂ ਸਰਬੱਤ ਦਾ ਭਲਾ ਮੰਗਦੇ ਆਪਾਂ ਇੱਕ ਇੱਦੀ ਕੌਮ ਹੈ ਵੀ ਜਿਹੜਾ ਸਾਰਿਆਂ ਦਾ ਭਲਾ ਮੰਗਦੇ ਤਾਂ ਕਰਕੇ ਆਪਣਾ ਹੋਰ ਦੂਜੇ ਧਰਮਾਂ ਨਾਲ ਵੀ ਪ੍ਰੇਮ ਜਦੋਂ ਪਤਾ ਲੱਗਦਾ ਨਾ ਜਿਹੜੀ ਅਸੀਂ ਅਰਦਾਸ ਦੇ ਵਿੱਚ ਆਪਾਂ ਸਭ ਦਾ ਹੀ ਭਲਾ ਮੰਗਦੇ ਕੋਈ ਹੋਵੇ ਕੋਈ ਧਰਮ ਵਾਲਾ ਹੋਵੇ ਕੋਈ ਜਾਤੀ ਵਾਲਾ ਹੋਵੇ ਸਰਬੱਤ ਦਾ ਭਲਾ ਹੋਵੇ ਚਲੋ ਭਾਈ ਚੱਲੀ ਜਾਓ ਨਹੀਂ ਕੁਛ ਨਹੀਂ ਕਹਿੰਦੇ ਹੈਗਾ ਜਦ ਮਰਜ਼ੀ ਇਸ਼ਨਾਨ ਕਰ ਲਓ ਹੁਣ ਦੁਨੀਆ ਸੁਬਾਹ ਤੜਕੇ ਹੁਣ ਸਾਡੇ ਇੱਧਰ ਬਲੌਗਰ ਸਾਹਿਬ ਕਹਿ ਰਹੀ ਹੈ ਵੀ ਮੈਂ ਕਿਹਾ ਵੀ ਅੱਜ ਅਸੀਂ ਲੇਟ ਹੋ ਗਏ ਵੀ ਸਰੋਵਰ 'ਚ ਅਸੀਂ ਇਸ਼ਨਾਨ ਕਰਨ ਜਾਣਾ ਅਤੇ ਕਹਿੰਦੇ ਰੋਕ ਦੇਖਣਾ ਅਗਰ ਤੁਸੀਂ ਚੱਲਦੇ ਹਾਂ ਨਹੀਂ ਗੜਾ ਕੱਢ ਕੇ ਮੁੜਿਆ ਹੁੰਦਾ ਚੱਲਦੇ ਹਾਂ ਆਪਾਂ ਜਿੱਧਰ ਆਪਣੇ ਨੈਟੀ ਸੂਟ ਵਿੱਚ ਆ ਗਏ ਕੁੜਤੇ ਪਜਾਮੇ ਵਿੱਚ ਹਾਂਜੀ ਆਪਾਂ ਜੀ ਠੀਕ ਹੋ ਥੱਕੇ ਤਾਂ ਨਹੀਂ ਹੈਗੇ ਨਾ ਥੱਕੇ ਦਾ ਕੋਈ ਇੰਨਾ ਨਹੀਂ ਇਹ ਗੱਦੇ ਸਾਰੇ ਉੱਚੀ ਆ ਨਾ ਜ਼ਿਆਦਾ ਦੱਬ ਜਾਂਦੇ ਆ ਅੱਛਾ ਇਸੇ ਕਰਕੇ ਸਮੱਸਿਆ ਆ ਆ ਪਰ ਬੈਠ ਕੇ ਦੇਖੋ ਤਾਂ ਫਿਰ ਮੜਾ ਜੇ ਇਹ ਲਿਆ ਤਾਂ ਨਹੀਂ ਤੁਹਾਨੂੰ ਨਹੀਂ ਜੇ ਰਹਿਣ ਤਾਂ ਹੁਣ ਤਾਂ ਕੋਈ ਰਾਤ ਕੱਟ ਰਹੇ ਹਾਂ ਨਹੀਂ ਪਏ ਆ ਬਹੁਤ ਪਏ ਨੇ ਆ ਠੀਕ ਆ ਪਰ ਚੱਕਦੇ ਕੋਈ ਗੱਲ ਨਹੀਂ ਹੁਣ ਮੈਂ ਲਿਆ ਦੂੰਗਾ ਇੱਕ ਚੱਕ ਲਿਆਉਂਗਾ ਫਿਰ ਦੇਖ ਲੈਂਦੇ ਇਹ ਚੱਕ ਲਿਆਉਂਦਾ ਫਿਰ ਇੱਕ ਮੈਂ ਚਲੋ ਬਈ ਬੰਦਾ ਚੱਕਣਾ ਬੰਦਾ ਬੰਦਾ ਚੱਕਣੇ ਵਾਲਾ ਨਹੀਂ ਕਹਿੰਦੇ ਹੈਗੇ ਉਹ ਚੱਕ ਲਿਆ ਉਹ ਤੋ ਕਹਿੰਦਾ ਦੇਖ ਲਓ ਮੜੇ ਪੈ ਕੇ ਨਾ ਠੀਕ ਹੈ ਹਾਂ ਮੜਾ ਪੈ ਕੇ ਦੇਖ ਲਓ ਮੜਾ ਜਾ ਇਹ ਕਿਹੜਾ ਦੂਜਾ ਦਿੰਦੇ ਆਪਾਂ ਇਹ ਚੱਕ ਲੈਂਦੇ ਇੱਥੇ ਤੇ ਚੇਂਜ ਕਰਾ ਲੈਂਦੇ ਨਾ ਨਾਲ ਇਹ ਠੀਕ ਹੈ ਲੈ ਲੈਂਦੇ ਹਾਂ ਚਲ ਕੋਈ ਨਹੀਂ ਮੈਂ ਤਾਂ ਕਹਿ ਦਿੰਦਾ ਇਹਨੇ ਤਾਂ ਲੈ ਲੈਂਦੇ ਆਪਾਂ ਇਹ ਸਾਡੇ ਗੁਆਂਢੀ ਆ ਭਾਈ ਮੱਛਰ ਬਹੁਤ ਆ ਇੱਥੇ ਚਲੋ ਹਾਂ ਸਾਡੇ ਇੱਕ ਸਬਸਕ੍ਰਾਈਬਰ ਨੇ ਅਸੀਂ ਕਿਹਾ ਵੀ ਮੱਛਰ ਬਹੁਤ ਹੋਇਆ ਹੋਇਆ ਸਬਸਕ੍ਰਾਈਬਰ ਕਾਹਨੂੰ ਭਰਾ ਹੈ ਆਪਣਾ ਦੋਸਤ ਹੈ ਆ ਹਾਂ ਸਾਨੂੰ ਆਲ ਲੈਟਰ ਲੈ ਕੇ ਦਿੱਤੀ ਵੀ ਸਾਨੂੰ ਉਹ ਆਲ ਲੈਟਰ ਲਾਈ ਹੋਈ ਅਸੀਂ ਆ ਪਾਈ ਇੱਥੇ ਮੱਛਰ ਪਗਾਓ ਆਲ ਲੈਟਰ ਲਗਾਓ ਸਾਡਾ ਪੰਜਾਬ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਜੇ ਉੱਧਰ ਮੱਛਰ ਹੋ ਸਕਦਾ ਤਾਂ ਇੱਥੇ ਮੱਛਰ ਹੋ ਸਕਦਾ 3 ਕਿਲੋਮੀਟਰ ਦੂਰ ਹੈ ਬਾਰਡਰ ਉੱਥੇ ਤਾਂ ਮੱਛਰ ਦੇਖੋ ਮੱਛਰ ਨੂੰ ਆਜ਼ਾਦੀ ਹੈ ਨਾ ਮੱਛਰ ਜਿੱਥੇ ਮਰਜ਼ੀ ਉੱਡ ਕੇ ਜਾ ਸਕਦਾ ਜਿੱਥੇ ਮਰਜ਼ੀ ਉੱਡ ਕੇ ਆ ਸਕਦਾ ਇੱਕ ਸਾਡੇ ਪਰ ਬੰਦਿਸ਼ਾਂ ਲਾਈਆਂ ਹੋਈਆਂ ਦੱਸ ਪੰਛੀ ਵੀ ਤਾਂ ਕੌਮ ਉੱਧਰ ਜਾਂਦੇ ਇੱਧਰ ਆਉਂਦੇ ਪੰਛੀ ਆਜ਼ਾਦ ਇਹ ਸਾਡੇ ਪਰ ਬੰਦਿਸ਼ਾਂ ਚਲੋ ਕਿਆ ਗੱਲ ਉਹ ਇੱਦਾਂ ਨਹੀਂ ਆਉਂਦਾ ਆ ਪੁੱਛ ਕੇ ਦੇਵਾਂਗੇ ਯਾਰ ਇੱਦਾਂ ਨਹੀਂ ਚੰਗੇ ਲੱਗਦੇ ਹੈ ਆ ਜਾਣਗੇ ਉਹਨਾਂ ਨੂੰ ਆ ਜਾਂਦੇ ਮਾੜਾ ਜਾ ਇੱਦਾਂ ਨਹੀਂ ਚੰਗਾ ਲੱਗਦਾ ਹੈ ਨਹੀਂ ਇੱਥੇ ਰਹਿਣ ਦੇ ਵਿੱਚ ਇੱਦਾਂ ਕੋਈ ਚੀਜ਼ ਨਹੀਂ ਛੇੜਦੀ ਕੋਈ ਅਗਲਾ ਕੋਈ ਸਮਾਨ ਸਮਾਨ ਉਹ ਨਹੀਂ ਕੋਈ 100 ਸਮਾਨ ਚੱਕ ਰੱਖਿਆ ਹੁੰਦਾ ਇੱਦਾਂ ਚੰਗੇ ਲੱਗਦੇ ਹੈਗੇ ਆ ਜਾਣ ਤੁਹਾਨੂੰ ਪੁੱਛ ਕੇ ਲਵਾਂਗੇ ਇੱਦਾਂ ਇੱਥੇ ਨਾ ਅੰਦਰ ਪਾਣੀ ਫਿਲਟਰ ਹੁੰਦਾ ਸਾਹਮਣੇ ਦਰਬਾਰ ਸਾਹਿਬ ਹੈ ਸਾਹਮਣੇ ਬਾਬਾ ਜੀ ਦਾ ਖੂਹ ਜਿਹੜਾ ਵਾ ਸਵੇਰੇ ਦਿਖਾਇਆ ਸੀ ਅਤੇ ਅੰਦਰ ਨਾ ਖੂਹ 'ਚੋਂ ਪਾਣੀ ਲੈਂਦੇ ਆ
ਤੇ ਉਹਨੂੰ ਫਿਲਟਰ ਕਰਕੇ ਪੂਰਾ ਪ੍ਰੋਸੈਸ ਹੋ ਕੇ ਉਹ ਪਾਣੀ ਨੂੰ ਵਾਸ਼ ਕਰਕੇ ਫਿਲਟਰਾਂ ਦੇ ਰਾਹ ਦੀ ਤਾਂ ਨਾ ਇੱਥੇ ਸੰਗਤਾਂ ਵਾਸਤੇ ਪਾਣੀ ਦੀਆਂ ਬੋਤਲਾਂ ਭਰੀਆਂ ਜਾਂਦੀਆਂ। ਦੇਖੋ ਪਾਣੀ ਦੀਆਂ ਬੋਤਲਾਂ ਆ ਗਈਆਂ ਇੱਥੇ ਅਤੇ ਸੰਗਤਾਂ ਉਹ ਜਿਹੜੀ ਪਾਣੀ ਦਾ ਬੋਤਲ ਖੂਹ ਦਾ ਪਾਣੀ ਜਿਹੜਾ ਸਾਹਮਣੇ ਭਰਿਆ ਹੋਇਆ, ਜੇ ਤੁਸੀਂ ਇੱਥੇ ਆਏ ਤਾਂ ਜ਼ਰੂਰ ਇਹ ਖੂਹ ਦਾ ਪਾਣੀ ਦਾ ਜ਼ਰੂਰ ਲਿਓ ਅਤੇ ਜੇ ਤੁਸੀਂ ਕੈਰੀ ਵੀ ਕਰਕੇ ਲੈ ਕੇ ਜਾ ਸਕਦੇ ਹੋ। ਇਹ ਢੱਕਣ ਪਏ ਆ, ਸੀਟਾਂ ਲੱਗਦੀਆਂ ਪਾਣੀ ਦੀਆਂ ਇਹ, ਅਤੇ ਆਹ ਪੂਰਾ ਇੱਥੇ ਭਰਿਆ ਜਾਂਦਾ ਪਾਣੀ ਇਹ ਦਰਬਾਰ ਸਾਹਿਬ ਦੇ ਵਿੱਚ ਕੰਬਾਈਨ ਕਰਕੇ ਸਾਰਾ ਵਿੱਚ। ਹੁਣ ਕਰਦੇ ਹਾਂ ਜੀ ਸਰੋਵਰ ਦੇ ਵਿੱਚ ਇਸ਼ਨਾਨ। ਘਰਦੇ ਡਰਦੇ ਸੀ, ਕਹਿੰਦੇ ਕਿਤੇ ਬੰਦ ਨਾ ਹੋਵੇ। ਗੁਰੂ ਘਰ ਦੇ ਵਿੱਚ ਕੋਈ ਚੀਜ਼ਾਂ ਬੰਦ ਨਹੀਂ ਹੁੰਦੀਆਂ ਹੈ। ਮਹਿਕ ਬੈਠਾ ਇੱਧਰ ਅਤੇ ਕਰੀਏ ਇਸ਼ਨਾਨ। ਇੱਥੇ ਆਏ ਹਾਂ ਅਤੇ ਬਹੁਤ ਮਨ ਦੀਆਂ ਰੀਝਾਂ ਤੀਆਂ ਜਿਹੜੀਆਂ ਸਾਰੀਆਂ ਪੂਰੀਆਂ ਹੋਈਆਂ। ਸੋਚਿਆ ਮੈਂ ਰਾਤ ਨੂੰ ਇਸਦੇ 8-9 ਵਜੇ ਸੀ ਕਿਤੇ ਘੁੰਮੀ ਇੱਥੇ ਮਹਾਰਾਜ ਦਾ ਜਾਪ ਹੁੰਦਾ ਹੋਵੇ। ਇੰਨਾ ਪਿਆਰਾ ਸ਼ਬਦ ਚੱਲਦਾ ਤਾ ਨਾ, ਰੋਂਗਟੇ ਖੜ੍ਹੇ ਹੁੰਦੇ ਤੇ ਜਦੋਂ ਰਾਗੀ ਜਥੇ ਆ ਨਾ ਜਦੋਂ ਧੁਨਾ ਭਰਾਓ ਗਰਾਰੀਆਂ ਵਿੱਚ ਬੋਲਦੇ ਤੇ ਓਏ ਹੋਏ ਹੋਏ ਇੱਕ ਬਾਬਾ ਅਕਾਲ ਰੂਪ, ਉਹ ਅਕਾਲ ਰੂਪ ਹੈ ਬਾਬਾ ਨਾਨਕ। ਅਤੇ ਹੁਣ ਇਹ ਸੋਚਿਆ ਉਹਦਾ ਇਸ਼ਨਾਨ ਕਰਾਂਗੇ, ਥੋੜ੍ਹਾ ਲੇਟ ਹੋ ਗਿਆ, ਪਹਿਲਾਂ ਸੋਚਿਆ ਦਿਨ 'ਚ ਕਰਾਂਗੇ, ਫਿਰ ਘੁੰਮਦੇ ਰਹੇ ਸਾਰਾ ਸੂਟ ਸ਼ਾਟ ਕਰਕੇ ਅਤੇ ਹੁਣ ਇੱਥੇ ਇਸ਼ਨਾਨ ਕਰਾਂਗੇ ਅਤੇ ਫਿਰ ਰੈਸਟ ਕਰਾਂਗੇ। ਸਾਨੂੰ ਲਾਹੌਰ ਜਾਣਾ, ਗੁਰਦੁਆਰਾ ਸਾਹਿਬ ਤੋਂ ਲੈਣਾ, ਦਰਸ਼ਨ ਕਰਨੇ। ਹਾਲੇ ਟਾਈਮਿੰਗ ਸਾਡੇ ਕੋਲ ਆਈ ਨਹੀਂ ਹੈਗੀ ਅਤੇ ਬਹੁਤ ਲਾਹੌਰ ਤੋਂ ਵੀ ਆਪਣੇ ਜਿਹੜੇ ਸਬਸਕ੍ਰਾਈਬਰ ਆ, ਪਿਆਰ ਕਰਨ ਵਾਲੇ ਆ, ਬਹੁਤ ਮੈਸੇਜ ਆਏ ਹੋਏ ਆ। ਹੁਣ ਵੀ ਇੱਕ ਡਾਕਟਰ ਆ ਉੱਥੇ, ਇੱਕ ਫਾਰਮੈਸੀ ਵਾਲੇ, ਉਹਨਾਂ ਦੇ ਬਹੁਤ ਹੀ ਮੈਸੇਜ ਆਏ। ਸਭ ਨੂੰ ਮਿਲਾਂਗੇ, ਸਭ ਵਾਸਤੇ ਟਾਈਮ ਕੱਢਾਂਗੇ ਆਪਾਂ, ਕਿ ਬੜੀ ਵੀਡੀਓ ਅੱਗੇ ਪਿੱਛੇ ਚੱਲ ਰਹੀ ਹੈ। ਮੈਨੂੰ ਪਤਾ ਵੀ ਜਦ ਮੈਂ ਇੰਡੀਆ ਚਲੇ ਜਾਣਾ ਉਸ ਤੋਂ ਬਾਅਦ ਜਦੋਂ ਵੀਡੀਓ ਦੇਖਣਗੇ ਤਾਂ ਮਾਫੀ ਆਵਾਂਗੇ। ਫਿਰ ਕਿੱਦਾਂ ਹੁਣ ਓਪਨ ਵਿਜੇ ਪਰ ਫਿਰ ਇੱਥੇ ਸਾਰਾ ਘੁੰਮਾਂਗੇ, ਸਭ ਨੂੰ ਮਿਲਾਂਗੇ। ਬਹੁਤ ਭਰਾ ਪ੍ਰੇਮ ਪ੍ਰੇਮ ਦੇ ਪਾਕਿਸਤਾਨ ਦੇ ਵਿੱਚ ਵੀ, ਸਭ ਨੂੰ ਮਿਲਾਂਗੇ। ਅਤੇ ਹੁਣ ਕਦੇ ਮੈਂ ਆ ਜਾ ਕੱਪੜੇ ਚੇਂਜ ਕਰ ਲਾ ਪੁੱਤ ਰਾਜੇ, ਅਤੇ ਨਹਾਈਏ ਫਿਰ। ਹੁਣ ਵੀ ਬਹੁਤ ਮੈਸੇਜ ਆ ਰਹੇ ਭਰਾਵਾਂ ਦੇ, ਮਿਲਾਂਗੇ। ਅਤੇ ਵੀਡੀਓ ਨੂੰ ਲਾਈਕ, ਕਮੈਂਟਸ, ਸ਼ੇਅਰ, ਵੱਧ ਤੋਂ ਵੱਧ ਪਾਕਿਸਤਾਨੀ ਵਾਲੇ ਭਰਾ ਵਾਲੇ ਜਿਹੜੇ ਪਾਕਿਸਤਾਨ ਸਾਈਡ ਤੋਂ ਭਰਾਵਾਂ ਨੇ ਵੀਡੀਓ ਦੇਖੀ ਹੈ ਉਹ 5-5, 6-6 ਕਮੈਂਟ ਕਰਿਓ, ਟਕ 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 ਟਕ, ਪਤਾ ਲੱਗੇ ਵੀ ਲਹਿੰਦੇ ਪੰਜਾਬ ਵਾਲੀ ਸਾਈਡ ਤੋਂ ਕਿੰਨੇ ਮੈਸੇਜ ਆਏ। ਇੱਕ ਇੱਕ ਬੰਦਾ 5-5 ਮੈਸੇਜ ਕਰਿਓ, ਪਤਾ ਲੱਗ ਜੂਗਾ ਵੀ ਲਹਿੰਦੇ ਸਾਈਡ ਤੋਂ ਕਿੰਨੇ ਮੈਸੇਜ ਹੋਏ ਆ। ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਇੱਕ ਵਾਰ ਫਿਰ ਵੀਡੀਓ ਲਾਈਕ, ਕਮੈਂਟ, ਸ਼ੇਅਰ, ਚੱਕ ਦੋ ਫੱਟੇ ਜੀ। ਵੀਡੀਓ ਵੀ ਖਤਮ, ਬਹੁਤ ਬਹੁਤ ਹੀ ਲੰਬੀ ਵੀਡੀਓ ਥੀ, ਲੇਕਿਨ ਕਹਤੇ ਹੈ ਨਾ ਵੀਡੀਓ ਨੇ ਮਜ਼ਾ ਕਰਵਾ ਦਿਆ, ਬਹੁਤ ਹੀ ਮਜ਼ੇ ਕੀ ਵੀਡੀਓ ਥੀ। ਮੈਂ ਕਹਤੀ ਹੂੰ ਕਮਾਲ ਹੋ ਗਿਆ ਜੀ, ਸਾਰਾ ਉਹਨਾਂ ਨੇ ਟੂਰ ਦਿਖਾਇਆ, ਇੱਕ ਇੱਕ ਚੀਜ਼ ਦਿਖਾਈ ਹੈ, ਪਾਕਿਸਤਾਨੀ ਗੋਲ ਗੱਪੇ ਦਿਖਾਏ ਹੈ, ਮਾਰਕੀਟ ਦਿਖਾਈ ਹੈ, ਜੋ ਪਾਕਿਸਤਾਨੀ ਬ੍ਰਾਂਡਸ ਹੈ ਉਨ ਪੇ ਵੀ ਉਹਨਾਂ ਨੇ ਵਿਜ਼ਿਟ ਕੀਆ ਹੈ। ਜੋ ਹਮਾਰੀ ਇੰਡੀਅਨ ਗਰਲ ਹੈ ਜੋ ਪਾਕਿਸਤਾਨ ਮੇਂ ਆਈ ਹੋਈ ਹੈ, ਜੋ ਉਨਕਾ ਨਾਮ ਹੈ ਜੋ, ਉਨਕੋ ਵੀ ਸਾਥ ਸਾਥ ਦਿਖਾਇਆ ਹੈ ਜੀ ਵੀਡੀਓ ਮੇਂ, ਔਰ ਉਨਕਾ ਵੀ ਉਮੀਦ ਕਰਤੇ ਵਲੋਗ ਬਣਾ ਹੋਗਾ, ਔਰ ਬੀਚ ਮੇਂ ਜੋ ਥਾ ਮਰੀਮ ਨਵਾਜ਼ ਕੋ ਵੀ ਦਿਖਾਇਆ ਗਿਆ ਜੀ। ਮੈਂ ਕਹਤੀ ਹੂੰ ਏਕ ਹੀ ਵੀਡੀਓ ਮੇਂ ਇਤਨਾ ਕੁਛ ਦਿਖਾਇਆ ਗਿਆ ਨਾ, ਇਤਨੀ ਮਜ਼ੇ ਕੀ ਵੀਡੀਓ ਥੀ ਨਾ। ਤੋ ਥੈਂਕ ਯੂ ਸੋ ਮਚ ਚਾਚਾ, ਆਪਨੇ ਬਹੁਤ ਪਿਆਰੀ ਵੀਡੀਓ ਕਾ ਰਿਕਮੈਂਡ ਕੀਆ ਹੈ ਜੀ। ਮੈਂ ਕਹਤੀ ਹੂੰ ਬਹੁਤ ਅੱਛਾ ਲਗਾ ਮੁਝੇ ਯੇ ਵੀਡੀਓ ਦੇਖ ਕੇ ਨਾ, ਬੋਰੀਅਤ ਬਿਲਕੁਲ ਵੀ ਨਹੀਂ ਹੋਈ। ਏਕ ਏਕ ਵਿਊ ਜੋ ਥਾ ਨਾ ਬਹੁਤ ਅੱਛਾ ਥਾ, ਗੁਰਦੁਆਰੇ ਕੇ ਸਾਰਾ ਦਿਖਾਇਆ ਗਿਆ, ਹਿਸਟਰੀ ਕੇ ਬਾਰੇ ਮੇਂ ਉਸਕੇ ਬਤਾਇਆ ਗਿਆ, ਵੋ ਕੁਏਂ ਕੇ ਬਾਰੇ ਮੇਂ ਬਤਾਇਆ ਗਿਆ, ਸਾਰਾ ਉਹਨੇ ਜੋ ਹੈ ਨਾ ਏਕ ਏਕ ਵਿਊ ਦਿਖਾ ਦੀਆ, ਉਹਨੇ ਮਾਰਬਲ ਕੇ ਬਾਰੇ ਮੇਂ ਬਤਾ ਦਿਆ ਜੀ। ਯੇ ਦੇਖੇ ਦੋ ਤਰ੍ਹਾਂ ਕਾ ਮਾਰਬਲ ਲਗਾ ਹੋਇਆ, ਏਕ ਜੋ ਹੈ ਵੋ ਠੰਡਾ ਹੋਤਾ ਹੈ ਔਰ ਏਕ ਗਰਮ ਹੋਤਾ ਹੈ ਜੀ, ਔਰ ਯੇ ਦੁਬਈ ਕਾ ਉਹਨੇ ਬਤਾਇਆ ਥਾ ਕਿ ਦੁਬਈ ਕਾ ਹੈ ਜੀ ਇਹ ਮਾਰਬਲ, ਜੋ ਟਾਈਲੇ ਲਗੀ ਹੋਈ ਥੀ ਨਾ, ਜੋ ਵਾਈਟ ਕਲਰ ਕੀ ਲਗੀ ਹੋਈ ਥੀ ਨਾ, ਵੋ ਠੰਡੀ ਠੰਡੀ ਥੀ, ਯਾਨੀ ਕਿ ਉਹ ਕਹਤੇ ਹੈ ਇਸ ਪੇ ਪਾਓ ਤਪ ਨਹੀਂ ਰਹੇ ਹੈ, ਔਰ ਮੌਸਮ ਵੀ ਵੈਸੇ ਵੀ ਬਹੁਤ ਅੱਛਾ ਥਾ ਕਿ ਬਾਰਿਸ਼ ਵੀ ਹੋ ਗਈ ਥੀ ਔਰ ਧੁੱਪ ਵੀ ਨਹੀਂ ਥੀ। ਜਬ ਧੁੱਪ ਹੋਤੀ ਹੈ ਤਾਂ ਫਿਰ ਐਸੇ ਜੋ ਟਾਈਲੇ ਵਗੈਰਾ ਮਾਰਬਲ ਲਗਾ ਹੋਤਾ ਹੈ ਨਾ, ਵੋ ਫਿਰ ਤਪ ਰਹਾ ਹੋਤਾ ਹੈ,
लेकिन फिर भी इन्होंने देखे दरमियान में जो है ना कारपेट वगैरह बिछाए हुए थे कि आसानी से जो है ना लोग गुजर सकें। तो उम्मीद करती हूँ आज की वीडियो में आप लोगों को पसंद आई होगी, मुझे तो बहुत अच्छी लगी है, बहुत मज़ा आया जी, सारा एक एक व्यू देख के खुशी हुई है जी। तो चलें उम्मीद करते हैं ये भैया भी खुश हुए होंगे और जो हमारी सिस्टर हैं इंडियन गर्ल वो भी खुश होंगे और बाकी सब भी पाकिस्तान आके खुश हुए होंगे। तो चलें मिलते हैं किसी नेक्स्ट वीडियो में, तब तक रखें अपना बहुत सारा ख्याल, मुझे रखें दुआओं में याद। ओके जी, बाय बाय।